ਆਪਾਂ ਸਕੈਡੇ ਦੀ ਗੱਲ ਕਰਦੇ ਜਿਹੜਾ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ, ਇਹਦੇ ਜਿਹੜਾ ਸਾਈਨ ਬੋਰਡ ਨੰਬਰ 1 'ਤੇ ਸਵਾਲ ਆ, ਇਹ ਸਾਈਨ ਬੋਰਡ ਦਾ ਮਤਲਬ ਸੀਗਾ ਵੀ ਮਨਾਹੀ ਆ ਕਿਨ੍ਹਾਂ ਨੂੰ, ਜਿਹੜੇ ਟਰੱਕ ਖਤਰਨਾਕ ਸਮਾਨ ਲੈ ਕੇ ਜਾਂਦੇ ਨੇ ਜਿਹੜੇ ਕਿ ਪਾਣੀ ਨੂੰ ਖਰਾਬ ਕਰ ਸਕਦੇ ਸੀਗੇ। ਸਵਾਲ ਨੰਬਰ 1 ਪੜ੍ਹਦਾ ਮੈਂ, ਇਨ ਪ੍ਰਜੈਂਸਾ ਦਿਲ ਸਿਗਨਾਲੇਰਾ ਫਿਗੂਰਾਤੋ, ਦਿਖਾਏ ਗਏ ਸਾਈਨ ਬੋਰਡ ਦੀ ਮੌਜੂਦਗੀ ਵਿੱਚ ਐ ਕੌਨਸੈਂਟੀ ਤੋ ਇਲ ਟ੍ਰਾਂਸਿਟੋ ਦੀ ਆਉਟੋ ਵਹੀਕੁਲੀ, ਗੱਡੀਆਂ ਨੂੰ ਚੱਲਣ ਦੀ ਇਜਾਜ਼ਤ ਆ ਕਿ ਟ੍ਰਾਂਸਪੋਰਟੋ ਨੂੰ ਜੋ ਲੈ ਕੇ ਜਾਂਦੀਆਂ ਹਨ, ਟ੍ਰਾਂਸਪੋਰਟ ਕਰਦੀਆਂ ਹਨ ਪ੍ਰਦੋਤੀ ਸਮਾਨ ਕਿ ਨੋਨ ਕੌਨਤਾਮਿਨੋ ਨੂੰ, ਕੌਨਤਾਮਿਨੋ ਨੂੰ ਹੁੰਦਾ ਦੂਸ਼ਿਤ ਕਰਨਾ, ਖਰਾਬ ਕਰਨਾ, ਐਕੁਆ ਪਾਣੀ। ਸੋ ਜਿਹੜੀ ਗੱਡੀ ਪਾਣੀ ਨੂੰ ਖਰਾਬ ਨਹੀਂ ਕਰਦੀ, ਐਸਾ ਪ੍ਰੋਡਕਟ ਲੈ ਕੇ ਜਾ ਰਹੀ ਆ, ਉਹਨੂੰ ਚੱਲਣ ਦੀ ਇਜਾਜ਼ਤ ਦਿੱਤੀ ਹੈਗੀ ਆ ਉੱਥੇ ਵੇਰੋ। ਕਿਉਂਕਿ ਅਗਰ ਮੈਨੂੰ ਲੱਗਦਾ ਕਿ ਮੇਰੀ ਗੱਡੀ ਸਮਾਨ ਜਿਹੜਾ ਲੱਦਿਆ ਗੱਡੀ ਵਿੱਚ ਕੈਮੀਕਲ ਨੇ, ਉਹ ਪਾਣੀ ਨੂੰ ਖਰਾਬ ਨਹੀਂ ਕਰਦੇ, ਤਾਂ ਮੈਂ ਜਾ ਸਕਦਾ, ਕਿਉਂਕਿ ਮਨਾਹੀ ਸੀਗੀ ਜਿਹੜੀ ਗੱਡੀ ਖਤਰਨਾਕ ਸਮਾਨ ਲੈ ਕੇ ਜਾਂਦੀ ਉੱਥੇ। ਸਵਾਲ ਨੰਬਰ 2, ਇਹ ਸਾਈਨ ਬੋਰਡ ਜਿਹੜਾ ਦੇਖ ਰਹੇ ਹੋ, ਸਾਈਨ ਬੋਰਡ ਦਾ ਨਾਮ ਸੀਗਾ ਦਿਰੀਤੋ ਦੀ ਪ੍ਰੈਚੀਡੈਂਸਾ, ਯਾਨੀ ਕਿ ਮੇਰੇ ਪਹਿਲ ਦਾ ਹੱਕ। ਸੋ ਇੱਥੇ ਪਹਿਲਾਂ ਮੈਂ ਜਾਣਾ ਆ, ਫਿਰ ਸਾਈਡਾਂ ਤੋਂ ਗੱਡੀਆਂ ਜਾ ਸਕਦੀਆਂ ਨੇ। ਇਲ ਸਿੰਘਾਂ ਵਾਲੇ ਰਫੀ ਗੁਰਾ ਤੋਂ ਦਿਖਾਇਆ ਗਿਆ ਸਿਗਨਲ ਪ੍ਰਨੂੰਚਾ ਦੱਸ ਰਿਹਾ ਆ, ਲੇ ਕੋਰਸੀਏ ਰਿਜ਼ਰਵਾ ਅਤੇ ਅਲੀ ਆਊਟੋਬੂਸ ਇਨ ਸਰਵਿਸਿਓ ਪੂਬਲਿਕੋ, ਵੀ ਇਹ ਟਰੈਕ ਜੋ ਪਬਲਿਕ ਟਰਾਂਸਪੋਰਟ ਦੀ ਬੱਸਾਂ ਲਈ ਰਿਜ਼ਰਵ ਕੀਤਾ, ਉਹਦੇ ਬਾਰੇ ਤੁਹਾਨੂੰ ਦੱਸ ਰਿਹਾ ਹੈਗਾ ਉੱਥੇ। ਫਾਲਸੋ। ਸਵਾਲ ਨੰਬਰ 3, ਆ ਵਿਚਿਨਾਂਦੋ ਸੀ ਨਜ਼ਦੀਕ ਆਉਂਦੇ ਹੋਏ, ਆ ਵਿਚਿਨਾਂਦੋ ਸੀ ਨਜ਼ਦੀਕ ਆਉਂਦੇ ਹੋਏ, ਅਦੁਮ ਪਸਾਜੋ ਅਲੀਵੈਲੋ, ਟ੍ਰੇਨ ਦੀ ਪਟਰੀ ਕੋਲ, ਕੋਲੇ ਲੂਚੀ ਰੋਸੇ ਅਚੇਜ਼ੇ, ਜਿਨ੍ਹਾਂ ਦੀ ਲਾਲ ਲਾਈਟਾਂ ਜਗੀਆਂ ਹੋਈਆਂ ਨੇ, ਇਹ ਸੇਮੀ ਬਰੀਅਰਾ ਫਾਟਕ ਅੰਕੋਰਾ ਅਲਸਾਤੋ ਹਸਤਕਰ ਉੱਪਰੀਆ, ਨੋਨ ਸੀ ਦੇਵੇ ਅਚਲਰਾਰੇ, ਅਚਲਰਾਰੇ ਹੁੰਦਾ ਰੇਸ ਦੇਣੀ। ਸਵਾਲ ਕਹਿ ਰਿਹਾ ਹੈ ਨੋਨ ਸੀ ਦੇਵੇ ਅਚਲਰਾਰੇ, ਰੇਸ ਨਹੀਂ ਦੇਣੀ ਚਾਹੀਦੀ ਪੈਰਤਰਾ ਵਿਰਸਾਰੇ, ਕਰੋਸ ਕਰਨ ਦੇ ਲਈ ਪ੍ਰੀਮਾ ਕੇਸੀ ਅੱਬਾਸੀ, ਅੱਬਾਸੀ ਮਤਲਬ ਨੀਚੇ ਆਉਣਾ, ਲਾ ਸੇਮੀ ਬਰੀਅਰਾ ਫਾਟਕ ਨੀਚੇ ਨਾ ਆ ਜਾਏ, ਇਸ ਕਰਕੇ ਪਹਿਲਾਂ ਕਰੋਸ ਕਰਨ ਲਈ ਆਪਾਂ ਨੂੰ ਰੇਸ ਨਹੀਂ ਦੇਣੀ ਚਾਹੀਦੀ ਉੱਥੇ ਵੇਖੋ। ਸੋ ਜਿੱਦਾਂ ਜਿੱਦਾਂ ਅਗਰ ਤੁਹਾਨੂੰ ਲਾਲ ਬੱਤੀ ਦਿਖ ਗਈ ਆ ਤਾਂ ਗੱਡੀ ਆਪਣੀ ਪਹਿਲਾਂ ਹੀ ਰੋਕ ਲਓ, ਇਹ ਨਹੀਂ ਕਿ ਮੈਂ ਗੱਡੀ ਕੱਢ ਲਾਂਗਾ ਥੱਲੋਂ ਇਹਦੇ। ਸਵਾਲ ਨੰਬਰ 4, ਐ ਓਬਲੀਕਾਟੋਰੀਓ, ਜ਼ਰੂਰੀ ਆ, ਰੀ ਦੂਰ ਰੇ ਘੱਟ ਕਰ ਲਓ, ਰੀ ਦੂਰ ਰੇ ਘੱਟ ਕਰ ਲਓ, ਲੈ ਵੇਲੋ ਚਿੱਤਾ ਸਪੀਡ, ਸਪੀਡ ਘੱਟ ਕਰਨੀ ਜ਼ਰੂਰੀ ਆ, ਅਤੇ ਅਲਕੋਰੈਂਸਾ ਜ਼ਰੂਰਤ ਪੈਣ 'ਤੇ ਫਿਰ ਮਾਰਸੀ ਰੁਕਣਾ, ਮੈਜ਼ ਓਰਾ ਪ੍ਰੀਮਾ ਅੱਧਾ ਘੰਟਾ ਪਹਿਲਾਂ ਦਿਲ ਤਰਮੋਨ ਤੋਂ, ਤਰਮੋਨ ਤੋਂ ਕਹਿੰਦੇ ਨੇ ਸੂਰਜ ਦੇ ਡੁੱਬਣ ਨੂੰ, ਜੇ ਸ਼ਾਮ ਨੂੰ ਸੂਰਜ ਡੁੱਬਦਾ ਹੈ ਉਹਨੂੰ ਤਰਮੋਨ ਤੋਂ ਕਹਿੰਦੇ ਨੇ, ਇਹ ਮੈਜ਼ੋਰਾ ਦੋਪੋ ਅਤੇ ਅੱਧਾ ਘੰਟਾ ਬਾਅਦ 'ਚ ਇਲ ਸੋਰਜਰੇ, ਸੋਰਜਰੇ ਹੁੰਦਾ ਜਦ ਸੂਰਜ ਨਿਕਲਦਾ ਆ ਉੱਗਦਾ ਆ ਦਿਲ ਸੋਲੇ। ਸੋ ਅੱਧਾ ਘੰਟਾ ਪਹਿਲਾਂ ਅਤੇ ਅੱਧਾ ਘੰਟਾ ਬਾਅਦ 'ਚੋਂ ਆਪਾਂ ਨੂੰ ਗੱਡੀ ਰੁਕ ਕੇ ਹੌਲੀ ਕਰਨੀ ਜ਼ਰੂਰੀ ਹੈਗੀ ਉੱਥੇ। ਫਾਲਸੋ। ਸਵਾਲ ਨੰਬਰ 5, ਜਿਹੜਾ ਨਕਸ਼ਾ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਗੱਡੀਆਂ ਜਿਹੜੀਆਂ ਨੇ ਬਿਲਕੁਲ ਸਹੀ ਡਾਇਰੈਕਸ਼ਨ ਵਿੱਚ ਮੁੜ ਰਹੀਆਂ ਨੇ, ਕਿਉਂਕਿ ਚਿੱਟੇ ਪੁਆਇੰਟ ਤੋਂ ਉੱਪਰ ਨੂੰ ਘੁੰਮਣ ਦੀ ਲੋੜ ਤਾਂ ਪੈਂਦੀ ਅਗਰ ਉੱਥੇ ਰੋਤਾ ਤੋਰੀਆ ਹੋਏ। ਸੋ ਇੱਕ ਰੋਤਾ ਤੋਰੀਆ ਨਾ ਹੋਣ ਕਰਕੇ ਗੱਡੀਆਂ ਬਿਲਕੁਲ ਸਹੀ ਡਾਇਰੈਕਸ਼ਨ ਨਾਲ ਮੁੜ ਰਹੀਆਂ ਸੀਗੀਆਂ। ਇਹਨੂੰ ਨਾ ਕਰੇ ਜਾ ਤਾਂ ਦੋ ਪਿਓ ਸੈਂਸੋ ਦੀ ਚਿਰਕੂਲਾਸੀਓ ਨੇ, ਇੱਕ ਰੋਡ ਜਿਹੜਾ ਕਿ ਡਬਲ ਆ, ਪੈਰਸ ਵੋਲਤਾ ਰਿਹਾ ਸਨਿਸਤਰਾ, ਖੱਬੇ ਮੁੜਨ ਦੇ ਲਈ ਉਹ ਕੋਰੇ ਜ਼ਰੂਰੀ ਆ, ਦੀ ਨੋਰਮਾ ਕਾਨੂੰਨੀ ਤੌਰ 'ਤੇ ਆਕੂ ਪਾ ਰਹੇ ਹੁੰਦਾ ਚੱਲਣਾ, ਬਿਜ਼ੀ ਹੋਣਾ, ਆਰੀਆ ਸਨਿਸਤਰਾ ਖੱਬਾ ਏਰੀਆ ਦਲਿੰਕਰੋਚੋ ਚੌਂਕ ਦਾ। ਸੋ ਅਗਰ ਰੋਡ ਡਬਲ ਆ, ਤੁਸੀਂ ਖੱਬੇ ਪਾਸੇ ਤੂੰ ਹੋ ਕੇ ਚੱਲਣਾ ਆ, ਕੌਮੇ ਇਵੀਕੁਲੀ ਇਨਫਿਗੂਰਾ, ਜਿੱਦਾਂ ਕਿ ਗੱਡੀਆਂ ਫੋਟੋ ਵਿੱਚ ਦੇਖ ਰਹੇ ਹੋ, ਸਾਲਵੋ ਛੋੜਕਰ ਦਿਵੈਰਸਾ ਅਲੱਗ ਸਿਗਨਲ ਅਕਸੀਓ ਨੇ, ਸਿਗਨਲ ਕੁਛ ਅਲੱਗ ਸਾਈਨ ਛੱਡ ਕੇ ਉੱਦਾਂ ਕਾਨੂੰਨੀ ਤੌਰ 'ਤੇ ਤੁਸੀਂ ਗੱਡੀ ਦੇ ਖੱਬੀ ਸਾਈਡ ਤੋਂ ਹੋ ਕੇ ਮੁੜਨਾ ਹੈਗਾ ਉੱਥੇ, ਜਿੱਦਾਂ ਕਿ ਤੁਸੀਂ ਫੋਟੋ 'ਚ ਗੱਡੀਆਂ ਦੇਖ ਰਹੇ ਹੋ। ਕਿਉਂਕਿ ਅਗਰ ਆਪਾਂ ਸੱਜੀ ਸਾਈਡ ਤੋਂ ਘੁੰਮ ਕੇ ਜਾਂਦੇ ਹਾਂ
ਅਤੇ ਸਮਝ ਲਓ ਉਹ ਰੋਤਾ ਤੋਰੀਆ ਆ। ਸੋ ਤੁਸੀਂ ਆਪਣੇ ਖੱਬੇ ਹੱਥ ਰਹਿ ਕੇ ਗੱਡੀ ਮੋੜਨੀ ਹੈਗੀ ਉੱਥੇ। ਬੇਰੋ ਸਵਾਲ ਨੰਬਰ 6, ਇਲ ਸੁਰਪਾਸੋ ਓਵਰਟੇਕ ਇਨ ਪ੍ਰੋਸਮਿਤਾ ਨਜ਼ਦੀਕ ਦਿਉਂਦੋਸੋ ਚੜ੍ਹਾਈ ਦੇ। ਸੋ ਚੜ੍ਹਾਈ ਦੇ ਨਜ਼ਦੀਕ ਅਗਰ ਆਪਾਂ ਓਵਰਟੇਕ ਕਰਦੇ ਹਾਂ, ਐ ਕੌਨਸੈਂਤੀ ਤੋਂ ਇਜਾਜ਼ਤ ਹੈ, ਸੁਲੇ ਕਰੇ ਜਾ ਅਤੇ ਸੈਂਸੋ ਓਨੀਕੋ। ਅਗਰ ਰੋਡ ਵਨ ਵੇ ਆ ਫਿਰ ਆਪਾਂ 200 ਚੋਂ ਯਾਨੀ ਕਿ ਚੜ੍ਹਾਈ ਵਿੱਚ ਵੀ ਓਵਰਟੇਕ ਕਰ ਸਕਦੇ ਹੈਗੇ ਉੱਥੇ ਫਿਰ, ਕਿਉਂਕਿ ਮੈਨੂੰ ਪਤਾ ਮੇਰੇ ਸਾਹਮਣੇ ਤੂੰ ਕੋਈ ਨਹੀਂ ਆ ਰਿਹਾ ਹੈਗਾ ਉੱਥੇ। ਦਿੱਕਤ ਉਦੋਂ ਆਉਂਦੀ ਹੈ ਅਗਰ ਰੋਡ ਡਬਲ ਹੋਏ, ਕਿਉਂਕਿ ਸਾਹਮਣੇ ਤੋਂ ਗੱਡੀ ਆ ਸਕਦੀ ਨਾ, ਹੁਣ ਰੋਡ ਸਿੰਗਲ ਆ ਸੋ ਮੈਂ ਓਵਰਟੇਕ ਕਰ ਸਕਦਾ ਉੱਥੇ। ਸਵਾਲ ਨੰਬਰ 7, ਤ੍ਰਾਇਨਾਰੇ ਟੋਚਨ ਪਾਣਾ ਉਰੀਮੋਰਕਿਓ ਸੁਸਤਰਾ ਦੇ ਕੁਲਫੋਰ ਤੇ ਸਲੀ ਤੇ। ਚੜ੍ਹਾਈ ਵਿੱਚ ਟੋਚਨ ਪਾਣਾ ਰਿਮੋਰਕਿਓ ਨੂੰ, ਫਾ ਆਉਮੈਂਤਾਰੇ, ਆਉਮੈਂਤਾਰੇ ਵਧਾ ਦਿੰਦਾ ਆ, ਹਾਈ ਕਰ ਦਿੰਦਾ ਆ, ਲਾ ਟੈਂਪਰਾਤੂਰਾ ਟੈਂਪਰੇਚਰ ਦ ਲਿਕੁਇਡੋ ਦੀ ਰਫਰੇਦਾਮੈਂਟੋ। ਲੋ ਜਿਹੜਾ ਲਿਕੁਇਡੋ ਦੀ ਰਫਰੇਦਾਮੈਂਟੋ ਹੁੰਦਾ ਇਹ ਹੁੰਦਾ ਜਿਹੜਾ ਗੱਡੀ ਵਿੱਚ ਲਿਕੁਇਡ ਪੈਂਦਾ ਇੰਜਨ ਵਿੱਚ। ਸੋ ਅਗਰ ਗੱਡੀ ਆਪਾਂ ਚੜ੍ਹਾਈ ਵਿੱਚ ਚਾੜਦੇ ਹਾਂ ਪਿੱਛੇ ਟੋਚਨ ਪਾ ਕੇ, ਤਾਂ ਗੱਡੀ ਆਪਣੀ ਗਰਮ ਹੋ ਜਾਂਦੀ ਹੈਗੀ ਉੱਥੇ ਵੇਰੋ, ਕੋਈ ਗੱਡੀ ਨੂੰ ਲੋਡ ਪੈਂਦਾ ਆ ਸੋ ਗੱਡੀ ਉੱਥੇ ਗਰਮ ਹੋ ਸਕਦੀ ਆ। ਵੇਰੋ ਸਵਾਲ ਨੰਬਰ 8, ਲਾ ਰੈਵੋਕਾ, ਰੈਵੋਕਾ ਮਤਲਬ ਹੁੰਦਾ ਰੱਦ ਕਰਨਾ, ਲਾਇਸੈਂਸ ਰੱਦ ਕਰਨਾ, ਲਾ ਰੈਵੋਕਾ ਦੇ ਲਾ ਪਤੈਂਤੇ ਪੁਐਸਰ ਡਿਸਪੋਜ਼ਤਾ, ਕੀਤਾ ਜਾ ਸਕਦਾ ਆ, ਕੁਆਂਦੋ ਇਲ ਕੰਡੂਚੈਂਤੇ ਜਦ ਡਰਾਈਵਰ ਇਨ ਆਟੋਸਰਾ ਦਾ ਆਟੋਸਰਾ ਦੇ ਉੱਪਰ ਇਨਵੈਰਤੇ ਮਤਲਬ ਹੁੰਦਾ ਯੂ ਟਰਨ ਮਾਰਨਾ, ਚੇਂਜ ਕਰਨਾ। ਹੁਣ ਜਿੱਦਾਂ ਮੰਨ ਲਓ ਮੈਂ ਆਟੋ ਉੱਪਰ ਸਿੱਧਾ ਜਾ ਰਿਹਾ ਅਤੇ ਅਗਰ ਮੈਂ ਗੱਡੀ ਉੱਥੋਂ ਅਚਾਨਕ ਉੱਥੋਂ ਹੀ ਮੋੜਦਾ, ਉਹ ਮਾਰਨ 'ਤੇ ਲਾਇਸੈਂਸ ਰੱਦ ਕੀਤਾ ਜਾ ਸਕਦਾ। ਸੋ ਇਨਵੈਰਤੇ ਇਲਸੈਂਸੋ ਦੀ ਮਾਰਚ ਆ, ਯੂ ਟਰਨ ਮਾਰਨ 'ਤੇ ਉਹ ਜਾਂ ਪਿਰ ਕੋਰੜੇ ਚੱਲਣਾ ਲਾ ਕਰੇ ਜਾ ਤਾਂ ਰੋਡ ਕੌਂਤਰੋਂ ਮਾਨੋ ਹੁੰਦਾ ਉਲਟ ਸਾਈਡ। ਜਿੱਦਾਂ ਸਾਰੀਆਂ ਗੱਡੀਆਂ ਜਾ ਰਹੀਆਂ ਨੇ ਅਤੇ ਮੈਂ ਇਕੱਲਾ ਹੀ ਅੱਗੂ ਆ ਰਿਹਾ, ਸੋ ਅਗਰ ਮੈਂ ਪੁੱਠੀ ਸਾਈਡ ਤੋਂ ਚੱਲ ਰਿਹਾ ਵਾਂ ਜਾਂ ਮੈਂ ਆਟੋ ਉੱਪਰ ਯੂ ਟਰਨ ਮਾਰ ਰਿਹਾ, ਉਹਦੇ ਨਾਲ ਮੇਰਾ ਲਾਇਸੈਂਸ ਉਦੋਂ ਹੀ ਰੱਦ ਕਰ ਦਿੱਤਾ ਜਾਂਦਾ ਹੈਗਾ ਉੱਥੇ। ਸਵਾਲ ਨੰਬਰ 9, ਲੋਸਤਾਤੋ ਦੀ ਸ਼ੌਕ, ਜਿਹੜਾ ਸਦਮਾ ਲੱਗਦਾ ਆ, ਸ਼ੌਕ ਲੱਗਦਾ ਆ ਕਿਸੇ ਬੰਦੇ ਨੂੰ, ਸੀ ਮੈਨੀਫੈਸਤਾ ਕੋਲਾ ਪਹਿਲੇ ਮੁੱਲ ਤੋਂ ਪਾ ਲਈਦਾ। ਪਹਿਲੇ ਹੁੰਦੀ ਆ ਚਮੜੀ, ਆਪਣੇ ਸਰੀਰ ਦੀ ਜਿਹੜੀ ਸਕਿਨ ਹੁੰਦੀ ਆ ਪਾ ਲਈਦਾ। ਜਦ ਆਪਣੀ ਸਕਿਨ ਬਿਲਕੁਲ ਵਾਈਟ ਵਾਈਟ ਹੋ ਜਾਂਦੀ ਆ ਉਹਨੂੰ ਪਹਿਲੇ ਮੁੱਲ ਤੋਂ ਪਾ ਲਈਦਾ ਕਹਿੰਦੇ ਨੇ, ਆਪਣੇ ਪੰਜਾਬੀ ਵਿੱਚ ਕਹਿ ਦਿੰਦੇ ਨੇ। ਜਦ ਬੰਦਾ ਘਬਰਾ ਨਹੀਂ ਜਾਂਦਾ ਅਤੇ ਆਪਣੀ ਚਮੜੀ ਬਿਲਕੁਲ ਆਪਣੀ ਲੂਈਂ ਜੀ ਖੜੀ ਹੋ ਜਾਂਦੀ ਆ। ਅਤੇ ਗੋਰਿਆਂ ਵਿੱਚ ਕੀ ਹੁੰਦਾ, ਜਿਹੜੇ ਇੱਥੇ ਦੇ ਕਾਨੂੰਨ ਨੇ ਕਿ ਜਦ ਬਿਲਕੁਲ ਇਨਸਾਨ ਚਿੱਟਾ ਚਿੱਟਾ ਪੈਣਾ ਸ਼ੁਰੂ ਹੋ ਜਾਏ ਯਾਨੀ ਕਿ ਖੂਨ ਦੀ ਕਮੀ ਹੋ ਜਾਏ ਉਹਨੂੰ ਪਹਿਲੇ ਪਾ ਲਈਦਾ ਕਹਿੰਦੇ ਨੇ। ਇਹ ਫਰੇਦਾ ਅਤੇ ਚਮੜੀ ਬਿਲਕੁਲ ਠੰਡੀ ਹੋ ਜਾਂਦੀ ਆ ਉਹਨੂੰ ਸਤਾਤੋ ਦੀ ਸ਼ੋਕ ਆਪਣਾ ਪ੍ਰਭਾਵ ਆਪਣਾ ਅਸਰ ਕਰਦਾ ਆ। ਵੇਰੋ ਕਹਿਣ ਦਾ ਮਤਲਬ, ਅਗਰ ਕੱਲ੍ਹ ਤੁਹਾਨੂੰ ਕਿ ਵੀ ਸ਼ੌਕ ਲੱਗਣ ਦੇ ਕੀ ਕਾਰਨ ਨੇ, ਤੁਸੀਂ ਕਹਿ ਸਕਦੇ ਹੋ ਵੀ ਜਦ ਆਪਣੀ ਚਮੜੀ ਮੁੱਲ ਤੋਂ ਪਾ ਲਈਦਾ ਹੋ ਜੇ ਯਾਨੀ ਕਿ ਬਹੁਤ ਜ਼ਿਆਦਾ ਸਫੇਦ ਹੋ ਜੇ, ਘਬਰਾਇਆ ਹੋਇਆ ਬੰਦਾ ਹੋ ਜੇ ਅਤੇ ਆਪਣੀ ਚਮੜੀ ਬਿਲਕੁਲ ਸਰੀਰ ਠੰਡਾ ਪੈ ਜਾਵੇ ਉਹਨੂੰ ਪਹਿਲੇ ਮੁੱਲ ਤੋਂ ਪਾ ਲਈਦਾ ਕਿਹਾ ਜਾਂਦਾ ਹੈਗਾ ਉੱਥੇ। ਸੋ ਸਵਾਲ ਆ ਵੇਰੋ। ਸਵਾਲ ਨੰਬਰ 10, ਜਿਹੜਾ ਸਾਈਨ ਬੋਰਡ ਤੁਸੀਂ ਦੇਖ ਰਹੇ ਹੋ ਇਹ ਸਾਈਨ ਬੋਰਡ ਆ, ਜਦ ਗੱਡੀ ਨੂੰ ਪਾਣੀ ਵਿੱਚ ਡਿੱਗਣ ਦਾ ਖਤਰਾ ਹੁੰਦਾ ਆ, ਇਲ ਸਿਗਨਾਲੇ ਰਫੀਗੁਰਾਤੋ, ਦਿਖਾਇਆ ਗਿਆ ਸਿਗਨਲ ਪ੍ਰੈਨੂੰਚਾ ਦੱਸ ਰਿਹਾ ਆ, ਉਨਤਰਾਤੋ ਦਿਸਤਰਾ ਦਾ, ਰੋਡ ਦਾ ਇੱਕ ਐਸਾ ਹਿੱਸਾ ਜੋ ਕਿ ਇੰਟਰ ਰੋਤੋ ਹੁੰਦਾ ਰੋਕਿਆ ਗਿਆ ਹੈ। ਜਦ ਕਿਸੇ ਚੀਜ਼ ਨੂੰ ਰੋਕ ਦਿੱਤਾ ਜਾਂਦਾ ਹੈ ਉਹਨੂੰ ਕਹਿੰਦੇ ਨੇ ਇੰਟਰ ਰੋਤਾ, ਰੋਕ ਦਿੱਤਾ ਗਿਆ ਆ, ਇੰਟਰ ਰੋਤੋ ਰੋਕਿਆ ਹੋਇਆ ਆ। ਫਿਰ ਆਲੂ ਵਿਉਨੇ, ਲੋ ਜੀ ਆਲੂ ਵਿਉਨੇ ਕਹਿੰਦੇ ਜਦ ਮੌਸਮ ਖਰਾਬ ਹੋ ਜਾਵੇ, ਬਿਜਲੀ ਲਿਸ਼ਕੇ ਉਹਨੂੰ ਆਲੂ ਵਿਉਨੇ ਕਹਿੰਦੇ ਨੇ। ਸੋ ਮੌਸਮ ਖਰਾਬ ਦੇ ਕਾਰਨ ਜਦ ਰੋਡ ਰੋਕ ਦਿੱਤਾ ਜਾਏ ਉਦੋਂ ਇਸ ਤਰ੍ਹਾਂ ਦਾ ਸਾਈਨ ਬੋਰਡ ਪਾਇਆ ਜਾਂਦਾ। ਸਵਾਲ ਨੰਬਰ 11 ਪੜ੍ਹਦਾ ਮੈਂ। ਸੋ ਸਵਾਲ ਵਿੱਚ ਜਿਹੜਾ ਸਾਈਨ ਬੋਰਡ ਦੇਖ ਰਹੇ ਹੋ ਉੱਥੇ ਪੱਥਰ ਡਿੱਗਣ ਦਾ ਖਤਰਾ ਆ, ਖੱਬੀ ਸਾਈਡ ਤੋਂ ਲੈਫਟ ਸਾਈਡ ਤੋਂ ਪੱਥਰ ਡਿੱਗਣ ਦਾ ਖਤਰਾ ਆ। ਇਨ ਪ੍ਰਜੈਂਸ ਆ ਦਿਲ ਸਿੰਘਾਂ ਲੇ ਰਾਫੀ ਗੁਰਾ ਤੋਂ,
ਦਿਖਾਏ ਗਏ ਸਾਈਨ ਬੋਰਡ ਦੀ ਮੌਜੂਦਗੀ ਵਿੱਚ ਐ ਓਪੋਰਤੂਨੋ ਸਹੀ ਹੋਏਗਾ। ਓਪੋਰਤੂਨੋ ਮਤਲਬ ਹੁੰਦਾ ਉਚਿਤ ਹੋਏਗਾ, ਸਹੀ ਹੋਏਗਾ। ਮੋਦੇਰਾਰੇ ਲੈਵਲ ਉਚਿਤਾ, ਸਪੀਡ ਹੌਲੀ ਕਰਨੀ। ਕਿਉਂ? ਪੇਰੇਵਿਤਾਰੇ ਦੀ ਉਰਤਾਰੇ, ਉਰਤਾਰੇ ਹੁੰਦਾ ਟੱਕਰ ਮਾਰਨੀ, ਉਰਤਾਰੇ ਮਤਲਬ ਟੱਕਰ। ਸੋ ਸਵਾਲ ਵਿੱਚ ਕਿਹਾ ਏਵਿਤਾਰੇ ਦੀ ਉਰਤਾਰੇ, ਟੱਕਰ ਨਾ ਲੱਗ ਜਾਵੇ। ਏਵੈਂਤੁਆਲੀ ਮਾਸੀ, ਮਾਸੀ ਹੁੰਦੇ ਨੇ ਪੱਥਰ। ਕਦੂਤੀ ਡਿੱਗੇ ਹੋਏ, ਗਿਰੇ ਹੋਏ। ਸੁੱਲਾ ਕਰੀ ਜਾਤਾ, ਰੋਡ 'ਤੇ ਗਿਰੇ ਹੋਏ ਪੱਥਰਾਂ ਨਾਲ ਟੱਕਰ ਨਾ ਲੱਗ ਜਾਏ, ਇਸ ਕਰਕੇ ਆਪਾਂ ਨੂੰ ਸਪੀਡ ਹੌਲੀ ਕਰਕੇ ਚੱਲਣੀ ਚਾਹੀਦੀ ਹੈਗੀ ਉੱਥੇ। ਫੇਰੋ ਸਵਾਲ ਨੰਬਰ 12, ਇਹ ਸਾਈਨ ਬੋਰਡ ਸੀਗਾ ਜਦ ਸਾਈਕਲਾਂ ਦਾ ਰਸਤਾ ਖਤਮ ਹੁੰਦਾ ਆ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪਿਸਤਾ ਚਿਕਲਾਬੀ, ਦੇ ਖਤਮ ਹੋਣ 'ਤੇ ਸਾਈਨ ਬੋਰਡ ਪਾਇਆ ਜਾਂਦਾ ਆ। ਇਲ ਸਿਗਨਾਲੇ ਰਾਫੀਗੁਰਾਤੋ, ਦਿਖਾਇਆ ਗਿਆ ਸਾਈਨ ਬੋਰਡ ਪ੍ਰੈਨੂੰਚਾ, ਦੱਸ ਰਿਹਾ ਆ ਕਿ ਨੋਨ ਐ ਪਿਊ ਕੌਨਸੈਂਟੀ ਤੋਂ ਇਜਾਜ਼ਤ ਨਹੀਂ ਹੈਗੀ ਆਈ ਚਿਕਲਿਸਤੀ ਸਾਈਕਲਾਂ ਨੂੰ, ਆਈ ਪੇਦੋਨੀ ਪੈਦਲਾਂ ਨੂੰ। ਕੀ ਕਰਨ ਦੀ ਇਜਾਜ਼ਤ ਨਹੀਂ ਹੈਗੀ? ਤਰਾਂਸੀ ਤੋਂ ਚੱਲਣ ਦੀ। ਸੋ ਦਿਖਾਇਆ ਗਿਆ ਸਾਈਨ ਬੋਰਡ ਕਹਿੰਦਾ ਵੀ ਨਾ ਇੱਥੇ ਹੁਣ ਸਾਈਕਲਾਂ ਚੱਲ ਸਕਦੀਆਂ ਨੇ ਅਤੇ ਨਾ ਇੱਥੇ ਹੁਣ ਪੈਦਲ ਚੱਲ ਸਕਦੇ ਨੇ ਉੱਥੇ। ਫਾਲਸੋ, ਫਾਲਸੋ ਤਾਂ ਹੈ ਕਿਉਂਕਿ ਇੱਥੇ ਰਸਤਾ ਖਤਮ ਹੋਇਆ, ਨਾ ਕਿ ਮਨਾਹੀ ਦੇ ਰਿਹਾ ਵਾਲਾ। ਸੋ ਕਿਸੇ ਮਨਾਹੀ ਵਾਲਾ ਨਹੀਂ ਹੈਗਾ, ਇੱਥੇ ਇੱਕ ਸਾਈਕਲਾਂ ਦਾ ਰਸਤਾ ਸੀਗਾ ਜੋ ਖਤਮ ਹੋ ਗਿਆ ਆ। ਸੋ ਸਵਾਲ ਸੀਗਾ ਫਾਲਸੋ। ਸਵਾਲ ਨੰਬਰ 13 ਜਿਹੜਾ ਆ, ਇਹਦੇ ਵਿੱਚ ਤੁਹਾਨੂੰ ਅਕਸਰ ਰੋਡ ਉੱਪਰ ਤੁਸੀਂ ਇਸ ਤਰ੍ਹਾਂ ਦੀ ਲਾਈਨ ਛਪੀ ਦੇਖਦੇ ਹੋ। ਸੋ ਜ਼ਰੂਰੀ ਨਹੀਂ ਹੈਗਾ ਇਸ ਤਰ੍ਹਾਂ ਦੀ ਲਾਈਨ 'ਤੇ ਹਮੇਸ਼ਾ ਰੁਕਣਾ ਆ। ਜਦ ਰੋਡ 'ਤੇ ਸਟੋਪ ਲਿਖਿਆ ਹੋਏ, ਜਦ ਰੋਡ 'ਤੇ ਰੈੱਡ ਲਾਈਟ ਹੋਏ ਅਤੇ ਜਦ ਰੋਡ 'ਤੇ ਪੁਲਿਸ ਵਾਲਾ ਕੇ, ਉਦੋਂ ਰੁਕਣਾ ਆਪਾਂ। ਸਵਾਲ ਕੀ ਕਹਿ ਰਿਹਾ ਸੀਗਾ? ਲਸਤਰੀਸ਼ਾ ਤ੍ਰਾਂਸਵਰਸਾ ਲਈ ਕੰਟੀਨੂਆ, ਸਾਹਮਣੇ ਵਾਲੀ ਕੰਟੀਨਿਊ ਲਾਈਨ। ਇੰਦਿਕਾ ਇਸ਼ਾਰਾ ਕਰਦੀ ਆ, ਪੁਨ ਤੋਂ ਉਂਕੋਈ ਦੋ ਬਿਆਮੋ, ਜ਼ਰੂਰੀ ਆ ਦੋ ਬਿਆਮੋ, ਜ਼ਰੂਰੀ ਆ ਆਰਿਸਤਾਰਚੀ, ਰੁਕਣਾ। ਆਧੁਨਿਕ ਕਰੋਛੋ ਚੌਂਕ 'ਤੇ, ਸਿਨੋਨ ਹੈ ਰੈਗੂਲਾਤੋ। ਸੋ ਮੈਂ ਕਈ ਵਾਰੀ ਪਹਿਲਾਂ ਵੀ ਦੱਸਿਆ ਰੈਗੂਲਾ, ਨੋਨ ਐ ਰੈਗੂਲਾਤੋ ਦਾ ਮਤਲਬ ਹੁੰਦਾ ਲਾਈਟਾਂ ਦਾ ਨਾ ਹੋਣਾ। ਸੋ ਅਗਰ ਲਾਈਟਾਂ ਨਹੀਂ ਹੈਗੀਆਂ ਅਤੇ ਇਕੱਲਾ ਹੀ ਰੋਡ 'ਤੇ ਨਿਸ਼ਾਨ ਛਾਪਿਆ ਆ, ਤਾਂ ਵੀ ਗੱਡੀ ਰੋਕਣੀ ਜ਼ਰੂਰੀ ਹੈਗੀ ਉੱਥੇ। ਫਾਲਸੋ, ਕਿਉਂਕਿ ਅਗਰ ਲਿਖਿਆ ਹੀ ਕੁਛ ਨਹੀਂ ਹੈਗਾ ਥੱਲੇ ਤਾਂ ਆਪਾਂ ਕਿਹੜੀ ਗੱਲ ਤੋਂ ਰੋਕਣੀ ਗੱਡੀ ਉੱਥੇ? ਸੋ ਸਵਾਲ ਆ ਫਾਲਸੋ। ਸੋ ਦੁਬਾਰਾ ਦੱਸ ਦੇਣਾ, ਅਗਰ ਤੁਹਾਨੂੰ ਸਵਾਲ ਵਿੱਚ ਲਿਖਿਆ ਆ ਜੇ ਨੋਨ ਐ ਰੈਗੂਲਾਤੋ, ਇਸਦਾ ਮਤਲਬ ਆ ਲਾਈਟਾਂ ਦਾ ਨਾ ਹੋਣਾ। ਹੁਣ ਤੁਸੀਂ ਸੋਚੋਗੇ ਵੀ ਇੱਥੇ ਸਮਾਫਰੋ ਤਾਂ ਲਿਖਿਆ ਨਹੀਂ ਹੈਗਾ, ਸਮਾਫਰੋ ਨਹੀਂ ਲਿਖਿਆ, ਲੇਕਿਨ ਇਹ ਦੋਨਾਂ ਲਫ਼ਜ਼ਾਂ ਦਾ ਮਤਲਬ ਹੁੰਦਾ ਲਾਈਟਾਂ ਦਾ ਨਾ ਹੋਣਾ। ਸੋ ਸਵਾਲ ਆ ਫਾਲਸੋ। ਅਗਲਾ ਜਿਹੜਾ 14 ਨੰਬਰ ਸਾਈਨ ਬੋਰਡ ਆ, ਇਹ ਸਾਈਨ ਬੋਰਡ ਦਾ ਮਤਲਬ ਆ ਕੰਮ ਚੱਲ ਰਿਹਾ ਆ, ਇਸ ਕਰਕੇ ਰੋਡ 'ਤੇ ਲਾਈਟਾਂ ਲਗਾਈਆਂ ਗਈਆਂ ਹਨ। ਇਲ ਸਿਗਨਾਲੇ ਰਾਫੀਗੁਰਾਤੋ, ਦਿਖਾਇਆ ਗਿਆ ਸਿਗਨਲ ਪੋਐਸਰੇ ਪੋਸਤੋ, ਲਗਾਇਆ ਜਾ ਸਕਦਾ ਆ ਪ੍ਰੀਮਾ, ਪਹਿਲੇ। ਦਿਲ ਰਿਸਤਰਿੰਜੀਮੈਂਟੋ ਹੁੰਦਾ ਤੰਗ ਹੋਣਾ, ਟਾਈਟ ਹੋਣਾ। ਦਿਲ ਕਰੇ ਜਾਤਾ, ਰੋਡ ਤੰਗ ਹੋਣ ਤੋਂ ਪਹਿਲਾਂ ਪਾਇਆ ਜਾ ਸਕਦਾ ਹੈ। ਕਿਉਂ? ਪਿਰਲਾਵੋਰੀ ਇਨਕੋਰਸੋ, ਕੰਮ ਜਾਰੀ ਹੈ ਜਿਸ ਕਰਕੇ ਰੋਡ ਤੰਗ ਹੋ ਗਿਆ, ਉਸ ਕਰਕੇ ਇਹ ਉਹਨਾਂ ਤੋਂ ਪਹਿਲਾਂ ਵੀ ਪਾਇਆ ਜਾ ਸਕਦਾ ਹੈਗਾ ਉੱਥੇ। ਫੇਰੋ ਸਵਾਲ ਨੰਬਰ 15, ਇਲ ਕੋਂਦੂਚੈਂਤੇ, ਡਰਾਈਵਰ ਦੇਵੇ ਕੋ ਮੀਜ਼ੂਰਾਰੇ ਹੁੰਦਾ ਨਾਪਣਾ, ਵੈਲਿਊ ਪਤਾ ਕਰਨੀ, ਕਿਸ ਚੀਜ਼ ਦਾ ਪਤਾ ਕਰਨਾ। ਕੋ ਮੀਜ਼ੂਰਾਰੇ ਲਾ ਦਿਸਤਾਂਸਾ ਦਿਸਿਕੁਰੇਤਸਾ, ਵੀ ਫਾਸਲਾ ਜਿਹੜਾ ਹੁੰਦਾ ਦੋ ਗੱਡੀਆਂ ਵਿਚਕਾਰ, ਉਹਨੂੰ ਨਾਪਣਾ ਜ਼ਰੂਰੀ ਆ, ਉਸਦੀ ਵੈਲਿਊ ਪਤਾ ਕਰਨੀ ਜ਼ਰੂਰੀ ਆ। ਆਂਕੇ ਇੰਬਾਜ਼ੇ ਅਲਾ ਪ੍ਰੋਪਰੀਆ, ਪ੍ਰੋਪਰੀਆ ਹੁੰਦਾ ਆਪਣੀ। ਪ੍ਰੋਂਤੇਤਸਾ ਤਿਆਰੀ ਦੀ, ਰਿਫਲੈਸੀ ਲਓ ਜੀ, ਰਿਫਲੈਸੀ ਮਤਲਬ ਹੁੰਦਾ ਆਪਣੀ ਸੋਚਣ ਦੀ ਸ਼ਮਤਾ, ਆਪਣੀ ਸੋਚਣ ਦੀ ਸ਼ਕਤੀ। ਹੁਣ ਮੰਨ ਲਓ ਇਗਜ਼ੈਂਪਲ ਦੇਣਾ, ਇੱਕ ਬਜ਼ੁਰਗ ਬੰਦਾ ਆ ਅਤੇ ਇੱਕ ਮੰਨ ਲਓ 25 ਤੋਂ ਮੰਨ ਲਓ 40 ਸਾਲ ਤੱਕ ਲਾ ਲਓ, ਦੋਨਾਂ 'ਚ ਬੜਾ ਫਰਕ ਹੁੰਦਾ ਕਿ ਬਜ਼ੁਰਗ ਬੰਦਾ ਸੋਚਣ ਨੂੰ ਜ਼ਿਆਦਾ ਸਮਾਂ ਲਾਉਂਦਾ, ਸੋ ਉਹਦੀ ਜਿਹੜੀ ਰਿਫਲੈਸੀ ਆ ਉਹ ਢਿੱਲੀ ਹੋ ਜਾਂਦੀ, ਘੱਟ ਜਾਂਦੀ ਆ। ਸੋ ਇਹ ਆਪਣੇ ਮਾਇੰਡ 'ਤੇ ਵੀ ਡਿਪੈਂਡ ਕਰਦਾ ਕਿ ਮੈਂ ਕਿੰਨਾ ਜ਼ਿਆਦਾ ਤਿਆਰ ਹਾਂ ਉਸ ਚੀਜ਼ ਨੂੰ ਸਮਝਣ ਦੇ ਲਈ। ਇੱਕ ਐਗਜ਼ਾਮਪਲ ਹੋਰ ਦੇਣਾ, ਕਈ ਵਾਰੀ ਆਪਾਂ ਦਿਮਾਗ 'ਤੇ ਸਟ੍ਰੈਸ ਲੈਂਦੇ ਹਾਂ ਨਾ ਗੱਡੀ ਚਲਾ ਰਹੇ ਹਾਂ, ਅਕਸਰ ਐਕਸੀਡੈਂਟ ਹੁੰਦਾ ਆ, ਜਾਂ ਬੰਦਾ ਬਹੁਤ ਜ਼ਿਆਦਾ ਦੁਖੀ ਹੁੰਦਾ ਜਾਂ ਬੰਦਾ ਬਹੁਤ ਜ਼ਿਆਦਾ ਖੁਸ਼ ਹੁੰਦਾ। ਕਿਉਂਕਿ ਜਦ ਆਪਾਂ ਆਪਣੇ ਦਿਮਾਗ ਨੂੰ ਆਪਣੇ ਆਊਟ ਆਫ ਕੰਟਰੋਲ ਕਰ ਲੈਂਦੇ ਹਾਂ, ਉਦੋਂ ਗੱਡੀ ਆਪਣੇ ਹੱਥੋਂ ਨਿਕਲ ਜਾਂਦੀ ਆ। ਸੋ ਜਦ ਤੁਸੀਂ ਕਿੰਨਾ ਤੁਸੀਂ ਮਾਇੰਡ ਸੈੱਟ ਬਣਾਇਆ ਹੋਇਆ ਹੈ ਗੱਡੀ ਚਲਾਉਣ ਲਈ, ਉਹਦੇ ਹਿਸਾਬ ਨਾਲ ਆਪਾਂ ਨੂੰ ਡਿਸਟਾਂਸ ਰਿਸੀਕੁਰੇਸਾ ਰੱਖਣਾ ਪੈਂਦਾ ਹੈਗਾ ਉੱਥੇ। ਫਿਰ
ਅਗਲਾ ਜਿਹੜਾ ਨਕਸ਼ਾ ਦੇਖ ਰਹੇ ਹੋ ਇਹਦੇ ਵਿੱਚ ਆਪਾਂ ਜਿੱਦਾਂ ਦੱਸਿਆ ਸੀਗਾ ਵੀ ਪਹਿਲੇ ਚੱਲੇਗੀ ਬੀ ਗੱਡੀ ਜਿਹੜੀ ਸੈਂਟਰ 'ਚ ਰੁਕੇਗੀ, ਫਿਰ ਚੱਲੇਗੀ ਆਰ, ਫਿਰ ਡੀ ਅਤੇ ਐਨ ਇਕੱਠੀਆਂ ਚੱਲਣਗੀਆਂ, ਤਾਂ ਲਾਸਟ 'ਚ ਬੀ ਜੋ ਕਿ ਸੈਂਟਰ 'ਚ ਖੜੀ ਸੀ ਉਹਨੇ ਚੌਂਕ ਨੂੰ ਕਰੋਸ ਕਰਨਾ ਆ। ਹੁਣ ਪੜਦੇ ਇਹਦੇ ਉੱਪਰ ਸਵਾਲ। ਸੈਕੋਂਡੋ ਲੈਨੋਰਮੇ ਦੀ ਪ੍ਰੈਸੀਡੈਂਸਾ, ਪਹਿਲ ਦੂਜ ਦੇ ਕਾਨੂੰਨ ਦੇ ਆਧਾਰ 'ਤੇ, ਨੈਲਿੰਗ ਕਰੋਚੋ ਰੈਪ੍ਰੈਜ਼ੈਂਟਾਤੋ ਇਨ ਫਿਗੂਰਾ, ਚੌਂਕ ਵਿੱਚ ਦਿਖਾਏ ਗਏ ਕਾਨੂੰਨ ਦੇ ਹਿਸਾਬ ਨਾਲ ਇਲ ਵੀਕੋਲੋ ਬੀ ਜਿਹੜੀ ਬੀ ਗੱਡੀ ਆ ਜਿਹਨੇ ਕਿ ਸੈਂਟਰ 'ਚ ਖੜਨਾ ਸੀਗਾ, ਨਿਲ ਇੰਪੇਈਆਰੇ, ਲਓ ਜੀ ਮੈਂ ਕਈ ਵਾਰ ਦੱਸ ਚੁੱਕਿਆ ਇੰਪੇਈਆਰੇ ਮਤਲਬ ਹੁੰਦਾ ਚੱਲਣਾ, ਬਿਜ਼ੀ ਹੋਣਾ, ਵਰਤੋਂ ਕਰਨੀ, ਇਸਤੇਮਾਲ ਕਰਨਾ, ਇੰਕਰੋਚੋ ਦੇ ਵੇ ਫਿਰ ਮਾਰਸੀ, ਰੁਕਣਾ ਜ਼ਰੂਰੀ ਆ ਬੀ ਲਈ, ਅਲਚੈਂਤਰੋ ਵਿਚਕਾਰ ਦੀ ਏਸੋ, ਇਸ ਦੇ, ਏਸੋ ਮਤਲਬ ਹੁੰਦਾ ਇਸ ਦੇ, ਇਸ ਚੌਂਕ ਦੇ ਵਿਚਕਾਰ ਬੀ ਗੱਡੀ ਲਈ ਚੱਲਣ ਤੋਂ ਪਹਿਲਾਂ ਰੁਕਣਾ ਜ਼ਰੂਰੀ ਹੈਗਾ ਉੱਥੇ। ਦੇਖੋ ਕਿਉਂਕਿ ਬੀ ਰੁਕੇਗੀ ਅਤੇ ਆਰ ਦੀ ਸੱਜੀ ਸਾਈਡ ਖਾਲੀ ਹੋ ਜਾਏਗੀ, ਜਦ ਆਰ ਚੱਲ ਜਾਏਗੀ ਫਿਰ ਡੀ ਅਤੇ ਐਨ, ਲਾਸਟ 'ਚ ਬੀ ਨੇ ਚੱਲਣਾ ਹੈ ਉੱਥੇ। ਸਵਾਲ ਸੀਗਾ ਵੇਰੋ 17 ਨੰਬਰ। ਲਾ ਸੋਸਤਾ ਐ ਕੋਨਸੈਂਟੀਤਾ, ਪਾਰਕਿੰਗ ਕਰ ਸਕਦੇ ਹਾਂ ਨੀਲੀ ਸਪਾਤਸੀ ਰਿਜ਼ਰਵਾਤੀ ਆਲੋ ਸਤਸੁਨਮੈਂਤੋ, ਸਤਸੁਨਮੈਂਤੋ ਹੁੰਦਾ ਖੜੀ ਕਰਨਾ, ਜਿੱਥੇ ਬੱਸ ਖੜੀ ਕਰਦੇ ਨੇ, ਜਿੱਥੇ ਟੈਕਸੀ ਖੜੀ ਕਰਦੇ ਨੇ ਉਹਨੂੰ ਸਤਸੁਨਮੈਂਤੋ ਕਹਿੰਦੇ ਨੇ। ਦੇ ਟੈਕਸੀ, ਟੈਕਸੀ ਲਈ ਜਿਹੜੀ ਜਗ੍ਹਾ ਬਣੀ ਆ ਉਹਦੇ ਉੱਪਰ ਪਾਰਕਿੰਗ ਕਰ ਸਕਦੇ ਆ ਸੋਲੋ, ਸਿਰਫ ਤਾਂ ਹੀ ਸੇ ਨੋਨ ਸੀ ਪੁਰਤਰਾਏ ਪਿਰ ਲੂੰਗੋ ਟੈਂਪੋ, ਨੋਨ ਸੀ ਪੁਰਤਰਾਏ ਪਿਰ ਲੂੰਗੋ ਟੈਂਪੋ, ਅਗਰ ਜ਼ਿਆਦਾ ਸਮਾਂ ਲਈ ਨਹੀਂ ਖੜੀ ਕਰਦੇ ਲੂੰਗੋ ਟੈਂਪੋ, ਅਗਰ ਮੰਨ ਲਓ ਮੈਂ ਜ਼ਿਆਦਾ ਸਮਾਂ ਲਈ ਗੱਡੀ ਨਹੀਂ ਖੜੀ ਕਰਦਾ ਫਿਰ ਮੈਂ ਟੈਕਸੀ ਦੀ ਜਗ੍ਹਾ 'ਚ ਵੀ ਪਾਰਕਿੰਗ ਕਰ ਸਕਦਾ ਹੈਗਾ ਉੱਥੇ। ਫਾਲਸੋ, ਟੈਕਸੀ ਦੀ ਜਗ੍ਹਾ ਉੱਪਰ ਮੈਂ ਗੱਡੀ ਪਾਰਕਿੰਗ ਨਹੀਂ ਕਰ ਸਕਦਾ ਹੈਗਾ। ਸਵਾਲ ਨੰਬਰ 18। ਲੇ ਚਿੰਤੂਰ ਦੀ ਸਿਕੁਰੇਸਾ, ਜਿਹੜੀ ਸੇਫਟੀ ਬੈਲਟ ਹੁੰਦੀ ਆ ਗੱਡੀ ਵਿੱਚ, ਸੋਨੋ ਦੀ ਉਤਲੀਤਾ ਤਰਸਕੁਰਾਬੀਲੇ, ਉਤਲੀਤਾ ਮਤਲਬ ਹੁੰਦਾ ਜਦ ਆਪਾਂ ਕਿਸੇ ਚੀਜ਼ ਦੀ ਵਰਤੋਂ ਕਰਦੇ ਹਾਂ, ਇਸਤੇਮਾਲ ਕਰਦੇ ਹਾਂ, ਤਰਸਕੁਰਾਬੀਲੇ ਘੱਟ, ਮਤਲਬ ਦੀ ਘੱਟ ਵਰਤੋਂ ਕਰਨ ਦੇ ਕਾਬਲ ਹਨ। ਨੇਲਾ ਚਿਰਕੁਲਾਸਿਓਨੇ ਉਰਬਾਨਾ, ਚਿਰਕੁਲਾਸਿਓਨੇ ਹੋ ਗਿਆ ਚੱਲਣਾ, ਉਰਬਾਨਾ ਸ਼ਹਿਰ ਦੇ ਵਿੱਚ। ਸੋ ਸ਼ਹਿਰ ਵਿੱਚ ਚੱਲਦੇ ਸਮੇਂ ਸੀਟ ਬੈਲਟ ਦੀ ਘੱਟ ਉਪਯੋਗਤਾ, ਘੱਟ ਵਰਤੋਂ ਕਰਨ ਦੇ ਕਾਬਲ ਹਨ ਉੱਥੇ। ਫਾਲਸੋ, ਬੈਲਟ ਜਿਹੜੀ ਆ ਸੀਟ ਬੈਲਟ, ਉਹ ਸ਼ਹਿਰ ਹੋਏ ਜਾਂ ਸ਼ਹਿਰ ਤੋਂ ਬਾਹਰ ਹੋਏ, ਇਹਨਾਂ ਦੀ ਉਤਲਿਤਾ ਯਾਨੀ ਕਿ ਇਹਨਾਂ ਦਾ ਜੋ ਲਾਭ ਆ, ਇਹਨਾਂ ਦਾ ਜੋ ਫਾਇਦਾ ਆ, ਉਹ ਹਮੇਸ਼ਾ ਹੁੰਦਾ ਆ, ਅਤੇ ਇਸ ਕਰਕੇ ਆਪਾਂ ਨੂੰ ਹਮੇਸ਼ਾ ਸੀਟ ਬੈਲਟ ਲਗਾਉਣੀ ਚਾਹੀਦੀ ਆ। ਤਰਸਕੁਰਾਬੀਲੇ ਮਤਲਬ ਹੁੰਦਾ ਘੱਟ, ਥੋੜ੍ਹਾ। ਸੋ ਸਵਾਲ ਆ ਫਾਲਸੋ। ਸਵਾਲ ਨੰਬਰ 19। ਦੁਰਾਂਤੇ ਇਲ ਸੁਰਪਾਸੋ ਦਿਉਂ ਵੀਕਲੋ ਅਮਤੋਰੇ ਦੁਰੋਤੇ, ਓਵਰਟੇਕ ਕਰਨ ਦੌਰਾਨ ਵੀਕਲੋ ਦੂਏ ਰੂਓਤੇ, ਦੋ ਪਹੀਏ ਵਾਲਾ ਸਕੂਟਰ ਮੋਟਰਸਾਈਕਲ, ਸੁਬਰਾਤੂਤੋ ਖਾਸ ਤੌਰ 'ਤੇ ਸੇ ਅਦ ਏਲੇ ਵਾਤਾ, ਲਓ ਜੀ ਏਲੇ ਵਾਤਾ ਮਤਲਬ ਹੁੰਦਾ ਜ਼ਿਆਦਾ ਤੇਜ਼, ਹਾਈ ਵਿਲੋਚਿਤਾ ਸਪੀਡ। ਸੋ ਸਪੀਡ ਖਾਸ ਤੌਰ 'ਤੇ ਜਦ ਜ਼ਿਆਦਾ ਹੋਏ, ਸੋ 120 ਹੋਏ, ਸੀ ਦੇਵ ਮੰਤੇ ਨੇਰੇ, ਮੈਂਟੇਨ ਰੱਖੋ, ਬਣਾਏ ਰੱਖੋ, ਊਨਾ ਬੋਨਾ ਦਿਸਤਾਂਸਾ, ਇੱਕ ਅੱਛੀ ਦੂਰੀ ਬਣਾ ਕੇ ਚੱਲੋ, ਲਾਤੇਰਾਲੇ ਸਾਈਡ ਤੋਂ ਦੀ ਸਿਕੁਰੇਸਾ ਹਿਫਾਜ਼ਤ ਵਾਲੀ, ਯਾਨੀ ਕਿ ਹੁਣ ਮਤਲਬ ਮੈਂ ਗੱਡੀ 'ਤੇ ਹਾਂ ਅਤੇ ਮੈਂ ਕਿਸੇ ਸਕੂਟਰ ਜਾਂ ਮੋਟਰਸਾਈਕਲ ਤੋਂ ਓਵਰਟੇਕ ਕਰਨਾ ਹੈ ਤੇਜ਼ ਸਪੀਡ ਨਾਲ, ਅਤੇ ਉਸ ਤੋਂ ਫਾਸਲਾ ਬਣਾ ਕੇ ਹੀ ਓਵਰਟੇਕ ਕਰਾਂ, ਕਿਉਂ ਕਿਉਂਕਿ ਜਦ ਮੈਂ ਤੇਜ਼ ਗੱਡੀ ਲੈ ਕੇ ਲੰਘਾਂਗਾ ਉਹ ਮੋਟਰਸਾਈਕਲ ਜਾਂ ਸਕੂਟਰ ਡੋਲ ਵੀ ਸਕਦਾ ਆ। ਸੋ ਬੋਨਾ ਦਿਸਤਾਂਸਾ ਲਤੇਰਾਲੇ ਦਿਸਕੁਰੇਸਾ, ਇੱਕ ਅੱਛੀ ਦੂਰੀ ਬਣਾ ਕੇ ਰੱਖਣੀ ਜ਼ਰੂਰੀ ਹੈਗੀ ਉੱਥੇ। ਵੇਰੋ ਸਵਾਲ ਨੰਬਰ 20। ਐ ਵਿਅਤਾ ਤੋਂ ਮਨਾਹੀ ਆ, ਦਾਨੇ ਜਾ ਰਹੇ ਹੁੰਦਾ ਨੁਕਸਾਨ ਦੇਣਾ, ਦਾਨੇ ਜਾ ਰਹੇ ਨੁਕਸਾਨ ਦੇਣ ਦੀ, ਲੈ ਓਪਰੇ ਇਲਿੰਪਿਆਂਤੀ, ਲਓ ਜੀ ਓਪਰੇ ਅਤੇ ਇੰਪਿਆਂਤੀ ਹੁੰਦਾ ਜਿਹੜੇ ਚੌਂਕ ਜਾਂ ਜਿਹੜੇ ਪਲਾਂਟ ਬਣਾਏ ਗਏ ਨੇ ਸੋ ਸੜਕ ਦੇ ਉੱਪਰ, ਜਿੱਦਾਂ ਲਾ ਲਓ ਕੋਈ ਮੂਰਤੀ ਬਣਾਈ ਆ ਜਾਂ ਕੋਈ ਘਾਹ ਦੀ ਪਾਰਕ ਬਣਾਈ ਆ, ਸੋ ਉਹਨਾਂ ਨੂੰ ਕਹਿੰਦੇ ਓਪਰੇ ਇਲਿੰਪਿਆਂਤੀ, ਅਕਸਰ
ਗੋਲ ਚੌਂਕਾਂ ਦੇ ਵਿੱਚ ਜਾਂ ਰੋਡ ਉੱਪਰ ਉਹਨਾਂ ਨੇ ਕਈ ਵਧੀਆ ਵਧੀਆ ਮੂਰਤੀਆਂ ਬਣਾਈਆਂ ਹੁੰਦੀਆਂ ਨੇ ਕਿਸੇ ਦੀ ਯਾਦਗਾਰੀ ਵਿੱਚ। ਇਸ ਤਰ੍ਹਾਂ ਦਾਲੀ ਸੜਕ ਉੱਪਰ ਜਿਹੜੇ ਪਲਾਂਟ ਬਣਾਏ ਗਏ ਨੇ ਜਾਂ ਮੂਰਤੀਆਂ ਬਣਾਈਆਂ ਗਈਆਂ ਨੇ ਉਹਨਾਂ ਨੂੰ ਨੁਕਸਾਨ ਦੇਣ ਦੀ ਸਖਤ ਮਨਾਹੀ ਲੱਗੀ ਹੈਗੀ ਉੱਥੇ। ਦੇਖੋ 21 ਨੰਬਰ ਸਵਾਲ, ਲੇ ਕੋਂਪੀਤੀਸੀਓਨੀ ਸਪੁਰਤੀ ਵੇ, ਕੋਂਪੀਤੀਸੀਓਨ ਦਾ ਕੋਂਪੀਟੀਸ਼ਨ ਮੁਕਾਬਲੇ, ਸਪੁਰਤੀ ਵੀ ਖੇਡ ਕੂਦ ਵਾਲੇ, ਕੋਈ ਵੀਕੋਲੀ ਸਵਾਰ ਜਾਂ ਪੁਬਲਿਕੇ, ਗੱਡੀਆਂ ਨਾਲ ਜਦ ਆਪਾਂ ਮੁਕਾਬਲਾ ਲੜਦੇ ਹਾਂ ਪਬਲਿਕ ਸੜਕ ਉੱਪਰ ਜਾਂ ਪਬਲਿਕ ਏਰੀਆ ਉੱਪਰ, ਸੋ ਨੋ ਕੋਨਸੈਂਤੀ 'ਤੇ ਇਜਾਜ਼ਤ ਹੈ ਉਸਦੀ, ਸੈਂਸਾ ਆਉਥੋਰੀਜ਼ਾਸੀਓਨੇ, ਬਿਨਾਂ ਅਥੋਰਟੀ ਤੋਂ ਬਿਨਾਂ ਪਰਮਿਸ਼ਨ ਤੋਂ ਆਪਾਂ ਰੋਡ ਉੱਪਰ ਮੁਕਾਬਲਾ ਯਾਨੀ ਕਿ ਦੋ ਮੋਟਰਸਾਈਕਲਾਂ ਜਾਂ ਦੋ ਗੱਡੀਆਂ ਆਪਸ 'ਚ ਦੌੜ ਲਗਾ ਸਕਦੀਆਂ ਨੇ ਉੱਥੇ। ਫਾਲਸੋ। 22 ਨੰਬਰ ਸਾਈਨ ਬੋਰਡ 'ਚ ਜਿਹੜੀ ਫੋਟੋ ਦੇਖ ਰਹੇ ਹੋ ਉਹ ਸਾਈਨ ਬੋਰਡ ਦਾ ਮਤਲਬ ਆ ਹੋਰਨ ਮਾਰਨ ਦੀ ਮਨਾਹੀ ਆ। ਇਨ ਪ੍ਰਜੈਂਸਾ ਦਿਲ ਸਿਗਨਾਲ ਏ ਰਫੀਗੁਰਾ ਤੋਂ, ਦਿਖਾਏ ਗਏ ਸਾਈਨ ਬੋਰਡ ਦੀ ਮੌਜੂਦਗੀ ਵਿੱਚ ਐ ਕੋਨਸੈਂਤੀ ਤੋਂ ਇਜਾਜ਼ਤ ਆ ਲੂਜ਼ੋ ਇਸਤੇਮਾਲ ਕਰਨ ਦੀ, ਦਿਲ ਕਲੈਕਸੋਨ ਹੋਰਨ ਸੋਲੋ ਇੰਕਾਜ਼ੋ ਦੀ ਪੈਰੀਕੋਲੋ ਇਮੀਡੀਆ ਤੋਂ, ਪੈਰੀਕੋਲੋ ਖਤਰਾ ਇਮੀਡੀਆ ਤੋਂ, ਯਕਦਮ ਅਚਾਨਕ ਖਤਰਾ ਬਣਨ 'ਤੇ ਹੀ ਆਪਾਂ ਇੱਥੇ ਹੋਰਨ ਮਾਰ ਸਕਦੇ ਹਾਂ ਉੱਥੇ। ਫਿਰ ਉਹ ਕੀ ਹੈ, ਜਦੋਂ ਆਪਾਂ ਮਰੀਜ਼ ਲੈ ਕੇ ਜਾ ਰਹੇ ਹਾਂ ਅਤੇ ਮੈਂ ਗੱਡੀਆਂ ਆਸੇ ਪਾਸੇ ਕਰਨੀਆਂ ਨੇ ਉਦੋਂ ਮੈਂ ਹੋਰਨ ਮਾਰ ਸਕਦਾ ਇੱਥੇ। ਸੋ ਐਮਰਜੈਂਸੀ ਖਤਰਾ ਬਣਨ 'ਤੇ ਆਪਾਂ ਇੱਥੇ ਹੋਰਨ ਦੀ ਵਰਤੋਂ ਕਰ ਸਕਦੇ ਹਾਂ। ਫਿਰ ਉਹ ਸਵਾਲ ਨੰਬਰ 23, ਜਿਹੜਾ ਸਾਈਨ ਬੋਰਡ ਦੇਖ ਰਹੇ ਹੋ 23 ਨੰਬਰ ਵਾਲਾ, ਇਹ ਸਾਈਨ ਬੋਰਡ ਦਾ ਨਾਮ ਸੀਗਾ ਵੀ ਤੁਸੀਂ ਸੱਜੇ ਅਤੇ ਖੱਬੀ ਸਾਈਡ ਤੋਂ ਆ ਰਹੀ ਗੱਡੀ ਨੂੰ ਪਹਿਲ ਦੇਣੀ ਆ, ਦਾਰੇ ਲਾ ਪ੍ਰੈਸੀਡੈਂਸਾ ਇਲ ਸਿਗਨਾਲ ਵਾਲੇ ਰਫੀਗੁਰਾ ਤੋਂ, ਦਿਖਾਇਆ ਗਿਆ ਸਿਗਨਲ ਸੀ ਤਰੋਵਾ ਪਾਇਆ ਜਾਂਦਾ ਆ ਸੋਲੋ ਸਿਰਫ ਸੁਸਤਰਾ ਦੇ ਐਕਸਟਰਾ ਉਰਬਾਨੇ, ਸਿਰਫ ਸ਼ਹਿਰ ਤੋਂ ਬਾਹਰ ਹੀ ਇਹ ਸਾਈਨ ਬੋਰਡ ਪਾਇਆ ਜਾਂਦਾ ਹੈਗਾ ਉੱਥੇ। ਫਾਲਸੋ, ਇਹ ਸ਼ਹਿਰ ਦੇ ਵਿੱਚ ਵੀ ਹੋ ਸਕਦਾ ਆ। ਸੋ ਫਾਲਸੋ, ਕਿਉਂਕਿ ਕਹਿਤਾ ਸਿਰਫ ਸ਼ਹਿਰ ਤੋਂ ਬਾਹਰ ਪਾਇਆ ਜਾਂਦਾ ਆ। ਹੁਣ 24 ਨੰਬਰ ਸਵਾਲ ਵਿੱਚ ਜਿਹੜੀ ਲਾਈਟਾਂ ਦੇਖ ਰਹੇ ਹੋ ਇਹ ਲਾਈਟਾਂ ਦਾ ਮਤਲਬ ਆ ਪੈਦਲਾਂ ਦੇ ਰੋਡ ਕਰੋਸ ਕਰਨ ਵਾਲੀਆਂ ਲਾਈਟਾਂ। ਸੋ ਅਗਰ ਹਰੀ ਆ ਤਾਂ ਚੱਲਣਾ ਆ, ਯੈਲੋ ਆ ਤਾਂ ਧਿਆਨ ਨਾਲ, ਰੈੱਡ ਆ ਤਾਂ ਰੁਕਣਾ ਆ। ਲਾ ਲੂਚੇ ਵੇਰ ਦੇ ਅਚੇਜ਼ ਆ ਦਿਲ ਸਿਮਾਫੋਰੋ, ਹਰੀ ਲਾਈਟ ਜਗੀ ਹੋਈ, ਗ੍ਰੀਨ ਲਾਈਟ ਜਗੀ ਹੋਈ ਪਰਮੇਤੇ ਇਜਾਜ਼ਤ ਦਿੰਦੀ ਆ ਆਈ ਪਿਦੋਨੀ ਪੈਦਲਾਂ ਨੂੰ ਦੀ ਆਤਰਾਵਰਸਮੈਂਟੋ ਰੋਡ ਕਰੋਸ ਕਰਨ ਦੀ। ਸੋ ਹਰੀ ਬੱਤੀ ਪੈਦਲਾਂ ਨੂੰ ਰੋਡ ਕਰੋਸ ਕਰਨ ਦੀ ਇਜਾਜ਼ਤ ਦਿੰਦੀ ਹੈਗੀ ਉੱਥੇ। ਫਿਰੋ ਅਗਲਾ ਜਿਹੜਾ ਫੱਟੀ ਆ ਇਹ ਫੱਟੀ ਆ ਬਰਫ਼ ਦੇ ਨਿਸ਼ਾਨ ਵਾਲੀ, ਆਪਾਂ ਜਦ ਸਿਲੇਬਸ ਪੜ੍ਹੇ ਉਹਦੇ 'ਚ ਬਰਫ਼ ਦਾ ਨਿਸ਼ਾਨ ਆਉਂਦਾ ਆ। ਸੋ ਇਹ ਫੱਟੀ ਤੁਹਾਨੂੰ ਬਰਫ਼ ਦੇ ਨਿਸ਼ਾਨ ਦਾ ਇਸ਼ਾਰਾ ਕਰਦੀ ਹੈ ਵੀ ਬਰਫ਼ ਵਾਲੇ ਏਰੀਏ ਨੇ ਆ ਵਾਲੇ। 25 ਨੰਬਰ ਸਵਾਲ, ਇਲ ਪੰਨੈਲੋ ਇੰਤੇਗ੍ਰਾਤੀਵ ਰਫੀਗੁਰਾ ਤੋਂ, ਦਿਖਾਈ ਗਈ ਫੱਟੀ ਇਨ ਵੀਤਾ ਅਦ ਉਜ਼ਾਰੇ ਯੂਜ਼ ਕਰੋ, ਇਨ ਵੀਤਾ ਅਦ ਉਜ਼ਾਰੇ ਯੂਜ਼ ਕਰਨ ਨੂੰ ਇਨਵੀਟੇਸ਼ਨ ਦੇ ਰਹੀ ਆ, ਕਹਿ ਰਹੀ ਆ ਲੇ ਲੂਚੀ ਦੀ ਐਮਰਜੈਂਸਾ ਐਮਰਜੈਂਸੀ ਲਾਈਟਾਂ ਜਿਹੜੀ ਚਾਰੋ ਇੰਡੀਕੇਟਰ ਟਿਕ 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 ਚਾਰੋ ਇੰਡੀਕੇਟਰ ਹੁੰਦੇ ਨੇ ਦੁਰਾਨ ਤਿਲਾ ਸੋਸਤਾ। ਸੋ ਪਾਰਕਿੰਗ ਕਰਨ ਦੌਰਾਨ ਤੁਸੀਂ ਐਮਰਜੈਂਸੀ ਲਾਈਟਾਂ ਜਗਾਉਣ ਦਾ ਇਸ਼ਾਰਾ ਇਹ ਸਾਈਨ ਬੋਰਡ ਦੁਆਰਾ ਕੀਤਾ ਗਿਆ ਹੈਗਾ ਉੱਥੇ। ਫਾਲਸੋ। ਸਵਾਲ ਨੰਬਰ 26, ਇਨ ਉਨ ਸੈਕੋਂਦੋ ਇੱਕ ਸੈਕਿੰਡ ਵਿੱਚ ਸੀ ਪਰਕੋਰੋ ਨੂੰ ਸਫ਼ਰ ਕਰਦੇ ਹਨ ਚੀਰਕਾ ਲਗਭਗ ਕੁਆਤਰੋ ਮੈਤਰੀ, 4 ਮੀਟਰ ਸਫ਼ਰ ਕਰਦੀ ਹੈ ਗੱਡੀ ਸੇ ਸੀ ਵਿਆਜਾ ਅਚਿੰਕੁਆਂਤਾ, ਅਗਰ ਤੁਸੀਂ 50 ਦੀ ਸਪੀਡ 'ਤੇ ਚੱਲ ਰਹੇ ਹੋ ਗੱਡੀ ਉੱਥੇ 4 ਮੀਟਰ ਦਾ ਸਫ਼ਰ ਕਰਦੀ ਉੱਥੇ। ਫਾਲਸੋ, ਕਿਉਂਕਿ 50 ਦੀ ਸਪੀਡ 'ਤੇ ਗੱਡੀ 14 ਮੀਟਰ ਦਾ ਸਫ਼ਰ ਕਰਦੀ ਉੱਥੇ। ਵੇਰੋ। ਸੋ ਇਹ ਜਿਹੜੇ ਅੰਕੜੇ ਸੀਗੇ ਇਹ ਆਪਾਂ ਦੱਸੇ ਸੀਗੇ ਵੀ 30 ਦੀ ਸਪੀਡ 'ਤੇ 9 ਮੀਟਰ, 50 ਦੀ ਸਪੀਡ 'ਤੇ 14 ਮੀਟਰ, 100 ਦੀ ਸਪੀਡ 'ਤੇ 28 ਮੀਟਰ, 130 ਦੀ ਸਪੀਡ 'ਤੇ 36 ਮੀਟਰ ਅਤੇ 150 ਦੀ ਸਪੀਡ 'ਤੇ 42 ਮੀਟਰ ਗੱਡੀ ਸਫ਼ਰ ਕਰਦੀ ਹੈ ਪ੍ਰਤੀ ਸੈਕਿੰਡ ਦੇ ਹਿਸਾਬ ਨਾਲ। ਸੋ ਫਾਲਸੋ, ਸਵਾਲ ਨੰਬਰ 27, ਅਤੇ ਈ ਫਿਰ ਐੱਮ ਸਾਈਡ ਤੋਂ ਆ ਰਹੀ ਆ ਜਾਂ ਸੀ ਆ ਰਹੀ ਆ? ਚਲੋ ਮੈਂ ਇੱਥੇ ਸੀ ਗੱਡੀ ਚਲਾ ਕੇ ਦੇਖਦਾ, ਠੀਕ ਆ। ਅਗਰ ਮੈਂ ਸੀ ਗੱਡੀ ਚਲਾਉਂਦਾ ਤਾਂ ਸੀ ਦੀ ਸੱਜੀ ਸਾਈਡ ਤੋਂ ਈ ਆ ਰਹੀ ਸੀਗੀ, ਸੋ ਸੀ ਨਹੀਂ ਚੱਲੇਗੀ। ਅਗਰ ਮੈਂ ਐੱਮ ਚਲਾਉਂਦਾ ਐੱਮ ਦੀ ਸੱਜੀ ਸਾਈਡ ਤੋਂ ਸੀ ਆ ਰਹੀ, ਸੋ ਐੱਮ ਨਹੀਂ ਚੱਲੇਗੀ। ਸੋ ਮਗਰ ਬੱਚੀ ਇੱਥੇ ਈ, ਸਾਰਿਆਂ ਨਾਲੋਂ ਪਹਿਲਾਂ ਚੱਲੇਗੀ ਈ,
ਜਦ ਇੱਕ ਵਾਰੀ ਈ ਚਲੀ ਗਈ ਫਿਰ ਤੁਸੀਂ ਘੜੀ ਵਾਂਗੂ ਬਾਕੀ ਗੱਡੀਆਂ ਘੁਮਾ ਸਕਦੇ ਹੋ। ਈ ਫਿਰ ਸੀ ਅਤੇ ਫਿਰ ਐੱਮ। ਈ ਚਲੀ ਗਈ ਅਤੇ ਸੀ ਦੀ ਸੱਜੀ ਸਾਈਡ ਖਾਲੀ ਹੋ ਗਈ, ਜਦ ਸੀ ਚਲੀ ਗਈ ਤਾਂ ਐੱਮ ਦੀ ਸੱਜੀ ਸਾਈਡ ਖਾਲੀ ਹੋ ਗਈ ਉੱਥੇ। ਸੋ ਸਵਾਲ ਕਹਿ ਰਿਹਾ ਸੀਗਾ ਦੋਵੈਂਦੋ ਅਤਰਾਵਿਰ ਸਾਰੇ ਲਿੰਕ ਰੋਚੋ, ਚੌਂਕ ਯਦਿ ਜ਼ਰੂਰੀ ਕਰੋਸ ਕਰਨਾ ਹੋਵੇ, ਰੈਪ੍ਰਜੈਂਟਾ ਤੋ ਇਨ ਫਿਗੂਰਾ, ਇਲ ਵੀਕੋਲੋ ਸੀ ਹੈ ਜਿਹੜੀ, ਇਲ ਵੀਕੋਲੋ ਚੀ ਯਾਨੀ ਕਿ ਸੀ ਗੱਡੀ ਹੈ ਜਿਹੜੀ ਕਿ ਰੈੱਡ ਰੰਗ ਦੀ ਆ, ਤ੍ਰਾਂਸਿਤਾ ਚੱਲਦੀ ਆ, ਦੋ ਪੋ ਇਲ ਵੀਕੋਲੋ ਈ। ਸੋ ਸੀ ਨੇ ਈ ਤੋਂ ਬਾਅਦ ਸਫ਼ਰ ਕਰਨਾ ਉੱਥੇ। ਵੇਰੋ ਪਹਿਲੇ ਈ ਚੱਲੇਗੀ, ਫਿਰ ਸੀ ਚੱਲੇਗੀ ਅਤੇ ਫਿਰ ਚੱਲੇਗੀ ਐੱਮ। ਅਗਲੇ 28 ਨੰਬਰ ਜਿਹੜਾ ਤੁਸੀਂ ਸਵਾਲ ਦੇਖ ਰਹੇ ਹੋ, ਜਿਹੜੀ ਫੱਟੀ ਆ ਇਹ ਫੱਟੀ ਦੱਸਿਆ ਸੀਗਾ ਪਾਈ ਜਾਂਦੀ ਆ ਟਰੱਕਾਂ ਦੇ ਪਿੱਛੇ, ਆਊਟੋ ਕਾਰੋ ਦੇ ਫੱਟੀ ਪਿੱਛੇ ਪਾਈ ਜਾਂਦੀ ਆ, ਜਿਸ ਟਰੱਕ ਦਾ ਭਾਰ 3.5 ਟਨ ਤੋਂ ਉੱਪਰ ਹੋਏ। ਹੁਣ ਜਿੱਦਾਂ ਮਤਲਬ ਮੇਰੇ ਸਾਹਮਣੇ ਦੋ ਟਰੱਕ ਲੰਘ ਕੇ ਜਾ ਰਹੇ ਨੇ, ਦੋ ਆਊਟੋ ਕਾਰ ਹੀ ਲੰਘ ਕੇ ਜਾ ਰਹੇ ਨੇ, ਇੱਕ ਪਿੱਛੇ ਫੱਟੀ ਨਹੀਂ ਲੱਗੀ, ਇੱਕ ਪਿੱਛੇ ਫੱਟੀ ਲੱਗੀ ਆ। ਸੋ ਜਿਸ ਦੇ ਪਿੱਛੇ ਫੱਟੀ ਹੋਏਗੀ ਇਸਦਾ ਮਤਲਬ ਆ ਕਿ ਉਹ ਟਰੱਕ ਦਾ ਭਾਰ 3.5 ਟਨ ਤੋਂ ਉੱਪਰ ਆ। ਸਵਾਲ ਕਹਿ ਰਿਹਾ ਆ ਲਾ ਸਪੁਰਜੈਂਸਾ, ਲੋਨ ਸਪੁਰਜੈਂਸਾ ਹੁੰਦਾ ਪਿੱਛੇ ਨੂੰ ਲਟਕਣਾ, ਪਿੱਛੇ ਨੂੰ ਵਧਣਾ। ਹੁਣ ਜਿੱਦਾਂ ਗੱਡੀ ਉੱਪਰ ਮੈਂ ਫੱਟੇ ਲੱਦੇ ਨੇ ਜਾਂ ਕੋਈ ਸਮਾਨ ਲੱਦੇ, ਜਿਹੜਾ ਪਿੱਛੇ ਨੂੰ ਲਟਕਿਆ ਹੋਇਆ ਉਹਨੂੰ ਸਪੁਰਜੈਂਸਾ ਕਹਿੰਦੇ ਨੇ। ਲੋਨ ਜੀ ਤੂੰ ਦੀ ਨਾਲੇ ਲੰਬੇ ਤੌਰ 'ਤੇ ਦਿਲਕਾਰੀ ਕੋ, ਲੰਬੇ ਤੌਰ 'ਤੇ ਸਮਾਨ ਪਿੱਛੇ ਨੂੰ ਲਟਕਿਆ ਹੋਇਆ ਏ, ਫੱਟੇ ਗਾਡਰ ਜਾਂ ਬਾਲੇ। ਫੀਨੋ ਤਰੇ ਦੈਚਿਮੋ ਦੇਲਾ ਲੂੰਗੇ ਸਾ ਦਿਲਵੀ ਕੋਲੋ, ਗੱਡੀ ਦੇ 3/10 ਲੰਬਾਈ ਦੇ ਹਿਸਾਬ ਨਾਲ ਸਮਾਨ ਪਿੱਛੇ ਨੂੰ ਲਟਕਿਆ ਹੋਇਆ ਏ। ਦੇਵੈਸਰੇ ਸਿਗਨਲ ਆ ਤੋਂ, ਜ਼ਰੂਰੀ ਹਾ ਉਹਦੇ ਪਿੱਛੇ ਸਿਗਨਲ ਲਗਾਉਣਾ, ਮੇਦਿਆਨ 'ਤੇ ਊਨੋ ਇੱਕ ਉਹ ਦੂਏ ਜਾਂ ਦੋ ਪਨੈਲੀ ਇਨ ਫਿਗੂਰਾ, ਇੱਕ ਜਾਂ ਦੋ ਵਿੱਚੋਂ ਫੱਟੀਆਂ ਉਹਨਾਂ ਮਗਰ ਲਗਾਉਣੀਆਂ ਜ਼ਰੂਰੀ ਹੈਗੀਆਂ ਜਿਹੜੀਆਂ ਤੁਸੀਂ ਫੋਟੋ ਵਿੱਚ ਦੇਖ ਰਹੇ ਹੋ। ਸੋ ਕਹਿਣ ਦਾ ਮਤਲਬ ਅਗਰ ਸਮਾਨ ਪਿੱਛੇ ਲਟਕਿਆ ਹੋਇਆ ਹੈ ਤਾਂ ਆਪਾਂ ਇਸ ਤਰ੍ਹਾਂ ਦੀ ਫੱਟੀ ਉਹਦੇ ਮਗਰ ਲਗਾਉਣੀ ਜ਼ਰੂਰੀ ਹੈਗੀ ਉੱਥੇ। ਸੋ ਇਹ ਸਵਾਲ ਤਾਂ ਗਲਤ ਹੋਇਆ ਕਿਉਂਕਿ ਜਿਹੜੀ ਫੱਟੀ ਆ ਇਹ ਟਰੱਕ ਪਿੱਛੇ ਲੱਗਦੀ ਆ 3.5 ਟਨ ਤੋਂ ਉੱਪਰ ਵਾਲੇ ਪਿੱਛੇ, ਨਾ ਕਿ ਇਹ ਉਹਨਾਂ ਟਰੱਕਾਂ ਪਿੱਛੇ ਲੱਗਦੀ ਜਿਨ੍ਹਾਂ ਦਾ ਸਮਾਨ ਪਿੱਛੇ ਨੂੰ ਲਟਕਿਆ ਹੋਏ, ਉਹ ਫੱਟੀ ਦੂਸਰੀ ਆ। ਸਵਾਲ ਨੰਬਰ 29, ਲੀਸਤੀ ਵਾਲੀ ਜਿਹੜੇ ਸ਼ੂਜ਼ ਹੁੰਦੇ ਨੇ ਲੌਂਗ ਸ਼ੂਜ਼ ਮੋਟਰਸਾਈਕਲ ਵਾਲੇ, ਅਦੂਜ਼ੋ ਮੋਤੋ ਚਿਕਲਿਸਤਿਕੋ, ਮੋਟਰਸਾਈਕਲਾਂ ਵਾਸਤੇ ਜਿਹੜੇ ਲੰਬੇ ਸ਼ੂਜ਼ ਵਰਤੇ ਜਾਂਦੇ ਨੇ, ਸੋਨੋ ਪ੍ਰੀਵੀ, ਪ੍ਰੀਵੀ ਮਤਲਬ ਹੁੰਦਾ ਬਗੈਰ ਸੈਂਸਾ, ਵਿਦਆਊਟ ਪ੍ਰੀਵੀ ਮਤਲਬ ਸੈਂਸਾ, ਨਾਸਤਰੀ ਲੀਬਰੀ ਓਸਤਰਿੰਗੇ, ਨਾਸਤਰੀ ਲੀਬਰੀ ਓਸਤਰਿੰਗੇ ਮਤਲਬ ਬਿਨਾਂ ਚੇਪੀ ਜਾਂ ਬਿਨਾਂ ਤਸਮੇ ਤੋਂ ਹੁੰਦੇ ਨੇ। ਸੋ ਪ੍ਰੀਵੀ ਦੀ ਨਾਸਤਰੀ ਲੀਬਰੀ ਓ ਸਤਰਿੰਗੇ ਬਗੈਰ ਤਸਮੇ ਚੇਪੀ ਤੋਂ ਹੁੰਦੇ ਨੇ, ਕਿਉਂਕਿ ਅਕਸਰ ਤਸਮਾ ਜਿਹੜਾ ਹੁੰਦਾ ਉਹ ਉਹਦੇ ਵਿੱਚ ਅੜ ਸਕਦਾ ਆ ਜਦ ਮੋਟਰਸਾਈਕਲ ਆਪਾਂ ਚਲਾਉਣੀ ਆ। ਕਿਉਂ ਹੁੰਦੇ ਨੇ ਬਗੈਰ ਹੁੰਦੇ ਤੋਂ, ਪੇਰੇ ਵਿਤਾਰ ਏ ਆ ਗਾਂਚੋ, ਗਾਂਚੋ ਹੁੰਦਾ ਅੜਨਾ ਫਸ ਜਾਣਾ, ਇਹ ਵਿਤਾਰੇ ਬਚਾਉਣ ਲਈ। ਸੋ ਫਸ ਨਾ ਜਾਣ ਇਹ ਵਿਤਾਰੇ ਲਾ ਗਾਂਚੋ, ਉਹਦੇ ਵਿੱਚ ਅਵੋਇਡ ਕਰਨ ਲਈ ਵਿੱਚ ਗਾਂਚੋ ਫਸ ਨਾ ਜਾਏ। ਆਲੇ ਪੇਦੀ ਵੈਲੇ, ਪੇਦੀ ਵੈਲੇ ਹੁੰਦੇ ਨੇ ਜਿਹਦੇ ਉੱਪਰ ਪੈਰ ਰੱਖੀਦਾ, ਫੁੱਟ ਰੈਸਟ ਪੇਦੀ ਵੈਲੇ ਕਹਿੰਦੇ ਨੇ। ਜਦੋਂ ਆਪਾਂ ਮੋਟਰਸਾਈਕਲ ਇੱਕ ਵਾਰੀ ਜੋ ਮੋਟਰਸਾਈਕਲ ਚੱਲਣੀ ਸ਼ੁਰੂ ਕਰ ਦਿੰਦੇ ਹਾਂ ਤਾਂ ਜਿਹਦੇ ਉੱਪਰ ਆਪਾਂ ਪੈਰ ਰੱਖਦੇ ਹਾਂ ਉਹਨੂੰ ਪੇਦੀ ਵੈਲੇ ਕਹਿੰਦੇ ਨੇ, ਫੁੱਟ ਰੈਸਟ। ਦੇਈ ਮੋਤੋ ਚਿਕਲੀ, ਸੋ ਮੋਟਰਸਾਈਕਲ ਦੇ ਜਿਹਦੇ ਉੱਪਰ ਪੈਰ ਰੱਖੀਦਾ ਆ ਉਹਦੇ ਵਿੱਚ ਅੜ ਨਾ ਜਾਣ, ਅੜ ਨਾ ਜਾਣ ਉਹਨੂੰ ਕਹਿੰਦੇ ਨੇ ਇਹ ਵਿਤਾਰ ਨੇ ਲਾ ਗਾਂਚੋ, ਗਾਂਚੋ ਅੜਨਾ ਇਹ ਵੀ ਤਾਰੇ ਨਾ। ਸੋ ਅੜਨਾ ਜਾਣ ਇਸ ਕਰਕੇ ਜਿਹੜੇ ਮੋਟਰਸਾਈਕਲ ਵਾਲੇ ਸ਼ੂਜ਼ ਹੁੰਦੇ ਨੇ ਉਹ ਬਗੈਰ ਤਸਮੇ ਚੇਪੀ ਤੋਂ ਪਾਏ ਜਾਂਦੇ ਹਨ ਉੱਥੇ। ਵੇਰੋ 30 ਨੰਬਰ ਸਵਾਲ, ਉਨ ਅਲੀਮੈਂਟਸੋ ਨੇ ਹੁੰਦਾ ਖਾਣਾ, ਜਿਹਨੂੰ ਆਪਾਂ ਖੁਰਾਕ ਕਹਿ ਦਿੰਦੇ ਹਾਂ, ਰੋਟੀ ਕਹਿ ਲਓ ਦੁਪਹਿਰ ਦੀ ਜਾਂ ਸ਼ਾਮ ਦੀ ਕਹਿ ਲਓ, ਖਾਣਾ ਪੇਜ਼ਾਂਤੇ ਭਾਰਾ ਖਾਣਾ ਖਾਣਾ, ਜਿੱਦਾਂ ਮਤਲਬ ਸ਼ਾਮ ਨੂੰ ਜ਼ਿਆਦਾ ਪੀਜ਼ੇ ਪੂਜ਼ੇ ਖਾ ਲੈਂਦੇ ਆਪਾਂ, ਹੈ ਨਾ। ਇਹਦੇ 'ਚ ਸੀਵਾ ਭਾਰਾ ਅਤੇ ਜ਼ਿਆਦਾ ਖਾਣਾ, ਇਹ 'ਚ ਸੀਵਾ ਮਤਲਬ ਹੁੰਦਾ ਜ਼ਿਆਦਾ ਲੋੜ ਤੋਂ ਜ਼ਿਆਦਾ, ਉਹਨੂੰ ਇਹ 'ਚ ਸੀਵਾ ਕਹਿੰਦੇ ਨੇ। ਐਸ ਕੌਨ ਸੀ ਯਾਤਾ, ਉਹ ਮਨਾਹੀ ਆ, ਸਕੂਨ ਸੀ ਯਾਤਾ ਮਤਲਬ ਹੁੰਦਾ ਮਨਾਹੀ।
ਸੋ ਕਈ ਵਾਰੀ ਆਪਾਂ ਸਵਾਲਾਂ ਵਿੱਚ ਦੇਖਦੇ ਹਾਂ ਕੌਨਸੀ ਯਾ ਤਾਂ ਹੁੰਦਾ ਹੈ ਸਲਾਹ, ਮਸ਼ਵਰਾ, ਐਡਵਾਈਸ। ਅਗਰ ਕੌਨਸੀ ਯਾ ਤਾਂ ਮੂਹਰੇ ਐਸ ਲੱਗ ਜਾਏ, ਯਾਨੀ ਕਿ ਬਣ ਗਿਆ ਕੌਨਸੀ ਯਾ, ਤਾਂ ਉਸ ਦਾ ਮਤਲਬ ਹੁੰਦਾ ਆ ਮਨਾਹੀ ਆ। ਫਿਰ ਕੀ ਦੇਵੇ ਗੁਈਦਾਰੇ, ਜਿੰਨੇ ਡਰਾਈਵ ਕਰਨੀ ਆ ਉਹਨੂੰ ਜ਼ਿਆਦਾ ਖਾਣਾ ਨਹੀਂ ਖਾਣਾ ਚਾਹੀਦਾ ਹੈਗਾ ਉੱਥੇ ਫਿਰ। ਸਵਾਲ ਨੰਬਰ 31, ਉਹਨਾ ਫਰੇਨਾਤਾ ਪੋ ਕੋਫੀਸ਼ੈਂਤੇ, ਫਰੇਨਾਤਾ ਹੋ ਗਈ ਬ੍ਰੇਕ, ਪੋ ਕੋਫੀਸ਼ੈਂਤੇ ਘੱਟ ਸਹੀ ਹੋਣਾ। ਮੈਂ ਪਹਿਲਾਂ ਵੀ ਦੱਸਿਆ ਸੀ ਏਫੀਸ਼ੈਂਤ ਕਹਿੰਦੇ ਨੇ ਕਿਸੇ ਸਹੀ ਚੀਜ਼ ਨੂੰ, ਜਿੱਦਾਂ ਮੰਨ ਲਓ ਮੇਰੀ ਗੱਡੀ ਦੀ ਬ੍ਰੇਕਾਂ ਬਿਲਕੁਲ ਠੀਕ ਨੇ, ਉਹ ਏਫੀਸ਼ੈਂਤ ਆ, ਅਤੇ ਜਿੱਦਣ ਬ੍ਰੇਕਾਂ ਘੱਟ ਗਈਆਂ ਉਹ ਪੋਕੋ ਏਫੀਸ਼ੈਂਤ ਆ। ਜਾਂ ਸਕੂਲੀਬਰਾਤਾ, ਸਕੂਲੀਬਰਾਤਾ ਮਤਲਬ ਹੁੰਦਾ ਬਰਾਬਰ ਨਾ ਹੋਣਾ। ਹੁਣ ਕਈ ਵਾਰੀ ਹੁੰਦਾ ਇੱਕ ਟਾਇਰ ਇੱਕ ਸਾਈਡ ਦੀ ਬ੍ਰੇਕ ਲੱਗ ਜਾਂਦੀ ਆ ਅਤੇ ਇੱਕ ਸਾਈਡ ਦੀ ਬ੍ਰੇਕ ਨਹੀਂ ਲੱਗਦੀ, ਉਹਨੂੰ ਕਹਿੰਦੇ ਨੇ ਸਕੂਲੀਬਰਾਤਾ, ਬੈਲੈਂਸ ਨਾ ਹੋਣਾ। ਪੋਐਸਰੇ ਕਾਊਜ਼ਾ ਤੋਂ ਇਹ ਵਜ੍ਹਾ ਹੋ ਸਕਦੀ ਆ ਕਾਹਦੀ, ਦਲ ਕੰਜ਼ੂਮੋ, ਕੰਜ਼ੂਮੋ ਹੁੰਦਾ ਘਸਣਾ, ਕੰਜ਼ਿਊਮ ਹੋਣਾ, ਕੰਜ਼ੂਮੋ। ਦੇ ਤੰਬੂਰੀ ਲੈਦਰ ਉਹ ਦੇ ਦਿਸਕੀ ਡਿਸਕ, ਜਦੋਂ ਲੈਦਰ ਅਤੇ ਡਿਸਕਾਂ ਘਸ ਜਾਣ ਉਹ ਵੀ ਵਜ੍ਹਾ ਹੋ ਸਕਦੇ ਨੇ ਬ੍ਰੇਕ ਦੇ ਘੱਟ ਲੱਗਣ ਦੀ ਜਾਂ ਬ੍ਰੇਕ ਦੇ ਬਰਾਬਰ ਨਾ ਲੱਗਣ ਦੀ। ਉੱਥੇ ਵੇਰੋ ਸਵਾਲ ਨੰਬਰ 32, ਜਿਹੜਾ ਸਾਈਨ ਬੋਰਡ ਤੁਸੀਂ ਦੇਖ ਰਹੇ ਹੋ ਇਹ ਸਾਈਨ ਬੋਰਡ ਸੀਗਾ ਰੋਤਾ ਤੋਰੀਏ ਦਾ, ਗੋਲ ਚੌਂਕ ਦਾ ਸਾਈਨ ਬੋਰਡ ਸੀਗਾ ਵੀ ਅੱਗੇ ਜਾ ਕੇ ਰਤੋਂਦਾ ਆ ਰਿਹਾ ਆ। ਇਲ ਸਿਗਨਾਲ ਰਫੀਗੁਰਾਤੋ ਐਪੋਸਤੋ ਸੁਨਾ ਕੋਲੋ ਨੀਨਾ ਖੰਬਾ, ਅਲ ਚੈਂਤਰੋ ਦਲ ਇੰਕਰੋਚੋ, ਚੌਂਕ ਦੇ ਵਿਚਕਾਰ ਇੱਕ ਖੰਭੇ ਉੱਪਰ ਇਹ ਸਾਈਨ ਬੋਰਡ ਲੱਗਾ ਹੁੰਦਾ ਆ। ਇਨ ਤੋਰਨੋ, ਇਨ ਤੋਰਨੋ ਜਿਹਦੇ ਆਲੇ ਦੁਆਲੇ ਆਸੇ ਪਾਸੇ, ਉਹਨੂੰ ਇਨ ਤੋਰਨੋ ਕਹਿੰਦੇ ਨੇ, ਇਨ ਤੋਰਨੋ ਆਸੇ ਪਾਸੇ ਆਲੇ ਦੁਆਲੇ। ਆਲਾ ਕੁਆਲੇ ਬੀਜ਼ੋਨੀਆ ਚਾਹੀਦਾ ਹੈ ਜਿਰਾਰੇ ਘੁੰਮਣਾ, ਸੇਕੋਂਦੋ ਹੁੰਦਾ ਹਿਸਾਬ ਨਾਲ, ਲੇ ਫਰੇਚੇ, ਤੀਰਾਂ ਦੇ ਨਿਸ਼ਾਨ ਦੇ ਹਿਸਾਬ ਨਾਲ ਇਸਦੇ ਆਲੇ ਦੁਆਲੇ ਘੁੰਮਣਾ ਜ਼ਰੂਰੀ ਆ। ਚਲੋ ਇਹ ਤਾਂ ਗੱਲ ਸਹੀ ਆ ਕਿ ਗੋਲ ਚੌਂਕ ਦੇ ਵਿੱਚ ਘੁੰਮਣਾ ਜ਼ਰੂਰੀ ਹੁੰਦਾ, ਲੇਕਿਨ ਜਿਹੜੀ ਗੱਲ ਗਲਤ ਆ ਕਿ ਇਹ ਚੌਂਕ ਦੇ ਚੇਂਤਰੋ ਯਾਨੀ ਕਿ ਸੈਂਟਰ ਵਿੱਚ ਪਾਇਆ ਜਾਂਦਾ ਆ। ਫਾਲਸੋ, ਇਹ ਪਾਇਆ ਜਾਂਦਾ ਰੋਤਾ ਤੋਰੀਆ ਤੋਂ ਪਹਿਲਾਂ ਆਪਣੇ ਸਾਈਡ 'ਤੇ ਪਾਇਆ ਜਾਂਦਾ, ਜਦੋਂ ਰਤੋਂਦੇ ਵਿੱਚ ਮੈਂ ਦਾਖਿਲ ਹੋਣਾ ਆ ਇਹ ਉੱਥੇ ਹੋਏਗਾ, ਨਾ ਕਿ ਰਤੋਂਦੇ ਦੇ ਗੱਬੇ ਜਾ ਕੇ ਵਿਚਕਾਰ ਹੋਏਗਾ ਉੱਥੇ। ਸੋ ਸਵਾਲ ਆ ਫਾਲਸੋ। 33 ਨੰਬਰ ਜਿਹੜਾ ਸਵਾਲ ਵਿੱਚ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਉਹ ਫੋਟੋ ਆ ਇੱਕ ਡਿਸਕੰਟੀਨਿਊ ਲਾਈਨ ਦੀ, ਇੱਥੇ ਦੋ ਕੁਰਸੀਆਂ ਨੇ ਅਤੇ ਇੱਕ ਕਰੇ ਜਾਤਾ ਆ। ਸਵਾਲ ਕਹਿ ਰਿਹਾ ਇਨ ਉਨ ਅਸਤਰਾ ਦਾ ਦੋ ਪਿਓ ਸੈਂਸੋ ਦੀ ਚਿਰਕੁਲਸੀ ਉਹਨੇ ਵੀ ਡਬਲ ਰੋਡ ਆ ਕੁਨ ਸਿੰਜਲਾਤਿਕਾ ਇੰਡੀਕਾਤਾ, ਵੀ ਇਹ ਡਬਲ ਰੋਡ ਆ, ਡਬਲ ਰੋਡ ਤੋਂ ਮਤਲਬ ਆ ਵੀ ਗੱਡੀ ਜਾ ਵੀ ਸਕਦੀ ਆ ਅਤੇ ਗੱਡੀ ਆ ਵੀ ਸਕਦੀ ਆ, ਜਿੱਦਾਂ ਕਿ ਤੁਸੀਂ ਫੋਟੋ ਵਿੱਚ ਦੇਖ ਰਹੇ ਹੋ। ਸੀ ਪੋ ਸੁਰਪਾ ਸਾਰੇ ਓਵਰਟੇਕ ਕੀਤਾ ਜਾ ਸਕਦਾ ਆ। ਕੋਂਕੋਆਲਸੀਅਸੀ ਹੁੰਦਾ ਕੋਈ ਵੀ, ਕੋਂਦਿਸੀਓਨੇ ਕੰਡੀਸ਼ਨ ਦੀ ਵਿਸਿਬਿਲਤਾ ਦਿਖਣ ਦੀ, ਦੀ ਟ੍ਰਾਫਿਕੋ ਟ੍ਰੈਫਿਕ ਦੀ। ਸੋ ਟ੍ਰੈਫਿਕ ਦੀ ਕੋਈ ਵੀ ਕੰਡੀਸ਼ਨ ਹੋਏ ਜਾਂ ਤੁਹਾਨੂੰ ਜਿੰਨਾ ਹੀ ਵੀ ਤੁਹਾਡੀ ਵਿਸਿਬਿਲਟੀ ਦਿਖਣ ਦੀ ਕੈਪੈਸਿਟੀ ਹੋਏ ਤੁਸੀਂ ਜਦੋਂ ਮਰਜ਼ੀ ਇੱਥੇ ਓਵਰਟੇਕ ਕਰ ਸਕਦੇ ਹੋ ਉੱਥੇ। ਫਾਲਸੋ, ਹੁਣ ਜਿੱਦਾਂ ਧੁੰਦ ਪੈ ਗਈ ਆ, ਧੁੰਦ ਪੈ ਗਈ ਤਾਂ ਆਪਾਂ ਓਵਰਟੇਕ ਨਹੀਂ ਕਰ ਸਕਦੇ ਉੱਥੇ। ਸੋ ਸਵਾਲ ਗਲਤ ਹੋਣ ਦੀ ਵਜ੍ਹਾ ਹੈ ਕੁਆਲਸੀਆ ਸੀ ਕੋਂਦਿਸੀਓਨ ਦੀ ਵਿਸਿਬਿਲਤਾ। ਫਾਲਸੋ। ਅਗਲਾ ਜਿਹੜਾ 34 ਨੰਬਰ ਸਾਈਨ ਬੋਰਡ ਤੁਸੀਂ ਦੇਖ ਰਹੇ ਹੋ ਸਾਈਨ ਬੋਰਡ ਸੀਗਾ ਪ੍ਰੋਂਤੋ ਸੋਕੋਰਸੋ ਦਾ, ਇਲ ਸਿਗਨਾਲੇ ਰਫੀਗੁਰਾਤੋ ਪ੍ਰੈਵੀਜ਼ਾ, ਤੁਹਾਨੂੰ ਸੂਚਨਾ ਦੇ ਰਿਹਾ ਆ। ਉਨ ਇੰਕਰੋਚੋ, ਇੱਕ ਚੌਂਕ ਜਿਹੜਾ ਕੁਆਤਰੋ ਸਤਰਾ ਦੇ ਚਾਰ ਸੜਕਾਂ ਵਾਲਾ ਹੈਗਾ, ਸੋ ਚਾਰ ਸੜਕਾਂ ਵਾਲੇ ਚੌਂਕ ਦੀ ਸੂਚਨਾ ਦੇ ਰਿਹਾ ਉੱਥੇ। ਫਾਲਸੋ। ਸਵਾਲ ਨੰਬਰ 35, ਸੇ ਸੀ ਪਿਰ ਕੋਰੇ ਉਹਨਾਂ ਲੂੰਗਾ ਦਿਸ਼ੇਜ਼ਾ, ਅਗਰ ਤੁਸੀਂ ਇੱਕ ਲੰਬੀ ਉਤਰਾਈ ਉਤਰ ਰਹੇ ਹੋ, ਕੋਲ ਕਾਂਬੀਓ ਇਨ ਫੋਲੇ, ਕਾਂਬੀਓ ਹੋ ਗਿਆ ਗੇਅਰ, ਫੋਲੇ ਹੋ ਗਿਆ ਨਿਊਟਰਲ ਗੇਅਰ, ਜਿੱਦਾਂ ਆਪਾਂ ਉਤਰਾਈ ਉਤਰ ਰਹੇ ਹਾਂ ਬਿਨਾਂ ਕਿਸੇ ਗੇਅਰ ਤੋਂ, ਨਿਊਟਰਲ ਗੇਅਰ ਆ, ਅਤੇ ਮਤੋਰੇ ਸਪੇਨ ਤੋਂ, ਅਤੇ ਗੱਡੀ ਕਰਤੀ ਉੱਥੇ ਮੈਂ ਬੰਦ, ਤੇਲ ਬਚਾਉਣ ਲਈ ਗੱਡੀ ਕਰਤੀ ਬੰਦ ਅਤੇ ਗੇਅਰ ਨਿਊਟਰਲ ਕਰਤਾ ਆ। ਕੋਮਬੀਏਨੇ ਫਾਇਦੇਮੰਦ ਆ, ਕੋਮਬੀਏਨੇ ਫਾਇਦੇਮੰਦ ਆ, ਇਸ ਤਰ੍ਹਾਂ ਮਤਲਬ ਹੁੰਦਾ ਕੱਢ ਲੈਣਾ। ਜਦ ਆਪਾਂ ਪੋਸਟ ਆਫਿਸ ਜਾਂਦੇ ਆਪਣਾ ਕਾਰਡ ਪਾ ਕੇ ਵਾਪਸ ਕੱਢਦੇ ਹਾਂ ਜਾਂ ਆਪਣੇ VCR ਵਿੱਚੋਂ ਕੈਸ਼ਟ ਬਾਹਰ ਕੱਢਦੇ ਹਾਂ, ਉਹਨੂੰ ਕਹਿੰਦੇ ਨੇ ਇਸ ਤਰ੍ਹਾਂ ਮਤਲਬ ਹੁੰਦਾ ਕੱਢ ਲੈਣਾ। ਇਸ ਤਰ੍ਹਾਂ ਕੱਢ ਲਵੋ, ਲੱਗ ਕੇ ਆਵੇ ਚਾਬੀ,
ਦੀ ਅਚੇਨਸੀਓ ਨੇ ਸਟਾਰਟ ਕਰਨ ਵਾਲੀ ਦਲਵੀ ਕੋਲੋਂ ਗੱਡੀ ਨੂੰ ਸਟਾਰਟ ਕਰਨ ਵਾਲੀ ਚਾਬੀ ਵੀ ਆਪਾਂ ਨੂੰ ਕੱਢ ਲੈਣੀ ਫਾਇਦੇਮੰਦ ਹੋਏਗੀ ਅਗਰ ਆਪਾਂ ਲੰਬੀ ਉਤਰਾਈ ਉਤਰ ਕੇ ਸਫ਼ਰ ਕਰ ਰਹੇ ਹਾਂ ਉੱਥੇ। ਫਾਲਸੋ, ਪਹਿਲੀ ਗੱਲ ਤਾਂ ਆਪਾਂ ਨੂੰ ਕਦੇ ਵੀ ਗੱਡੀ ਨਿਊਟਰਲ ਗੇਅਰ ਨਹੀਂ ਕਰਨੀ ਚਾਹੀਦੀ ਉਤਰਾਈ ਉਤਰਦੇ ਸਮੇਂ। ਉਹਦੀ ਵਜ੍ਹਾ ਇਹ ਹੈ ਕਿ ਗੱਡੀ ਫਿਰ ਤੁਹਾਡੇ ਕੋਲ ਕੰਟਰੋਲ ਨਹੀਂ ਹੁੰਦੀ, ਕਿਉਂਕਿ ਗੇਅਰ ਵਿੱਚ ਗੱਡੀ ਦੀ ਸਪੀਡ ਉਨੀ ਕੁ ਹੁੰਦੀ ਆ ਜਿੰਨੀ ਲੋੜ ਆ। ਅਗਰ ਤੁਸੀਂ ਨਿਊਟਰਲ ਗੇਅਰ ਕਰ ਦਿਓਗੇ ਗੱਡੀ ਹੱਦ ਤੋਂ ਜ਼ਿਆਦਾ ਤੇਜ਼ ਚੱਲਦੀ ਆ। ਸੋ ਕਦੇ ਵੀ ਉਤਰਾਈ ਉਤਰਦੇ ਸਮੇਂ ਆਪਾਂ ਨੂੰ ਗੱਡੀ ਨਿਊਟਰਲ ਨਹੀਂ ਕਰਨੀ ਚਾਹੀਦੀ ਉੱਥੇ। ਫਾਲਸੋ, ਸਵਾਲ ਨੰਬਰ 36, ਈਫੀਲੋਬੂਸ ਬਿਜਲੀ ਵਾਲੀ ਬੱਸ ਦੇ ਵੱਲੋਂ ਜ਼ਰੂਰੀ ਆ ਦੀ ਨੋਰਮਾ ਕਾਨੂੰਨੀ ਤੌਰ 'ਤੇ ਚਿਰਕੁਲਾਰੇ ਚੱਲਣਾ ਇਲ ਪਿਊ ਪੋਸੀਬਿਲੇ ਵਿਚੀਨੋ ਨਜ਼ਦੀਕ ਜਿੰਨਾ ਹੋ ਸਕੇ ਅਲਮਾਰਜਿਨ ਹੁੰਦਾ ਕਿਨਾਰਾ ਬਾਰਡਰ ਸਿਨੀਸਤਰੋ ਖੱਬੀ ਸਾਈਡ ਦਿਲਾ ਕਰੇ ਜਾਤਾ। ਸੋ ਜਿਹੜੀ ਬਿਜਲੀ ਵਾਲੀ ਬੱਸ ਆ ਉਹਦੇ ਲਈ ਜਿੰਨਾ ਹੋ ਸਕੇ ਖੱਬੀ ਸਾਈਡ ਚੱਲਣਾ ਜ਼ਰੂਰੀ ਹੈਗਾ ਉੱਥੇ। ਫਾਲਸੋ, ਬਿਜਲੀ ਵਾਲੀ ਬੱਸ ਹੈਗੀ ਬਿਜਲੀ 'ਤੇ ਲੇਕਿਨ ਉਹਦੇ ਟਾਇਰ ਹੁੰਦੇ ਨੇ, ਸੋ ਇੱਕ ਆਮ ਟ੍ਰਾਫਿਕ ਦੇ ਵਿੱਚ ਚੱਲ ਸਕਦੀ ਆ, ਜ਼ਰੂਰੀ ਨਹੀਂ ਕਿ ਉਹਨੇ ਖੱਬੀ ਸਾਈਡ ਹੀ ਚੱਲਣਾ ਉੱਥੇ। ਸੋ ਸਵਾਲ ਆ। ਫਾਲਸੋ, 37 ਨੰਬਰ ਸਵਾਲ ਪੜ੍ਹਦਾ ਮੈਂ। 37 ਨੰਬਰ ਸਵਾਲ ਵਿੱਚ ਦੱਸ ਰਿਹਾ ਇੰਫਾਜ਼ ਦੀ ਸੁਰਪਾਸੋ, ਯਾਨੀ ਕਿ ਜਿਹੜਾ ਸਵਾਲ ਸਾਰਿਆਂ ਨਾਲੋਂ ਵੱਧ ਗਲਤ ਹੁੰਦਾ ਆ ਓਵਰਟੇਕ ਕਰਨ ਦੇ ਦੌਰਾਨ। ਫਾਜ਼ ਦੀ ਸੁਰਪਾਸੋ ਇਲ ਕੋਂਦੂਚੈਂਤੇ ਡਰਾਈਵਰ ਐ ਤੈਨੂੰ ਉਤੋਂ, ਜ਼ਰੂਰੀ ਆ ਡਰਾਈਵਰ ਲਈ ਆ ਮੰਤੇਨੇਰੇ ਬਣਾਏ ਰੱਖੇ ਮੈਂਟੇਨ ਰੱਖੇ ਊਨਾ ਵਿਲੋਚਿਤਾ ਇੱਕ ਸਪੀਡ ਦੀ ਅਲਮੇਨੋ ਕਮ ਸੇ ਕਮ ਦੋ ਪਿਓ ਡਬਲ ਸਪੀਡ ਰੱਖੇ ਕਹਿੰਦੇ ਤੂੰ ਦੀ ਕੁਏਲੋ ਦਲਵੀ ਕੋਲੋ ਸੁਰਪਾਸਾ ਤੋਂ। ਓਵਰਟੇਕ ਕੀਤੀ ਹੋਈ ਗੱਡੀ ਤੂੰ ਡਰਾਈਵਰ ਲਈ ਡਬਲ ਸਪੀਡ, ਯਾਨੀ ਕਿ ਅਗਰ ਉਹ 80 ਤੇ ਜਾ ਰਿਹਾ ਆ ਮੈਂ 160 ਤੇ ਜਾਣਾ ਆ, ਅਗਰ ਉਹ 100 ਤੇ ਜਾ ਰਿਹਾ ਤਾਂ ਮੈਂ 200 ਤੇ ਜਾਣਾ ਹੈ। ਸੋ ਅਗਲੀ ਗੱਡੀ ਨਾਲੋਂ ਡਬਲ ਸਪੀਡ 'ਤੇ ਸਪੀਡ ਰੱਖਣੀ ਜ਼ਰੂਰੀ ਹੈਗੀ ਉੱਥੇ। ਫਾਲਸੋ, ਡਬਲ ਨਹੀਂ ਰੱਖਣੀ, ਹਾਂ ਉਸ ਤੋਂ ਥੋੜ੍ਹੀ ਜਿਹੀ ਜ਼ਿਆਦਾ ਰੱਖਣੀ ਜ਼ਰੂਰੀ ਹੈਗੀ। ਸੋ 38 ਨੰਬਰ ਸਵਾਲ ਵਿੱਚ ਜਿਹੜਾ ਤੁਸੀਂ ਸਾਈਨ ਬੋਰਡ ਦੇਖ ਰਹੇ ਹੋ ਸਪੀਅਰ ਦੇਖ ਰਹੇ ਹੋ ਇਹ ਬ੍ਰੇਕ ਦੀ ਖਰਾਬੀ ਦਾ ਸੀਗਾ ਜਾਂ ਜਦ ਆਪਾਂ ਬ੍ਰੇਕ ਦਾ ਕੋਈ ਹਿੱਸਾ ਖਰਾਬ ਹੋ ਜੇ। ਉਹਨਾਂ ਸਪੀਆ ਦੀ ਕੋਲੋਰੇਡੋਸੋ ਲਾਲ ਰੰਗ ਦਾ ਸਪੀਆ ਸਿੰਬਲ ਕੋਂਤਰਾਸੀਆ ਤਾਂ ਬਣਾਇਆ ਗਿਆ ਦਲ ਸਿੰਬਲੋ ਇਨ ਫਿਗੂਰਾ, ਜੋ ਲਾਲ ਰੰਗ ਦਾ ਸਿੰਬਲ ਤੁਸੀਂ ਫੋਟੋ ਵਿੱਚ ਦੇਖ ਰਹੇ ਹੋ ਸਿਗਨਲ ਵਿੱਚ ਦੇਖ ਰਹੇ ਹੋ ਸੇ ਅਚੇਜ਼ਾ, ਅਚੇਜ਼ਾ ਕਹਿੰਦੇ ਜਗ ਜਾਏ ਜਗਦਾ ਹੋਏ ਦੌਰਾਨ ਤੇ ਲਾ ਮਾਰਚਾ ਚੱਲਣ ਦੌਰਾਨ ਸੇਨਿਆਲਾ ਸਿਗਨਲ ਦਿੰਦਾ ਆ ਪੁਰਤੀਏਰੇ ਗੱਡੀ ਦੀ ਡੋਰ ਤਾਕੀਆਂ ਬਾਰੀਆਂ ਅਪੈਰਤੇ ਖੁੱਲੀਆਂ ਹੋਈਆਂ ਨੇ ਉਹ ਜਾਂ ਫਿਰ ਕਿਊਜ਼ੇ ਬੰਦ ਨੋਨ ਕੁਰਤਮੈਨ 'ਤੇ ਸਹੀ ਢੰਗ ਨਾਲ ਨਹੀਂ ਕੀਤੀਆਂ। ਸੋ ਜਦ ਇਹ ਸਾਈਨ ਬੋਰਡ ਆ ਜਾਏ ਜਾਂ ਤਾਂ ਗੱਡੀ ਦੀ ਬਾਰੀਆਂ ਖੁੱਲੀਆਂ ਹੋਈਆਂ ਨੇ ਜਾਂ ਬਾਰੀਆਂ ਚੰਗੀ ਤਰ੍ਹਾਂ ਬੰਦ ਨਹੀਂ ਕੀਤੀਆਂ ਹੋਈਆਂ ਉੱਥੇ। ਫਾਲਸੋ, ਸਵਾਲ ਨੰਬਰ 39, ਕੁਆਂਦੋ ਸਿੱਧੇ ਵਿਫਰ ਸਲੀਰੇ ਸਲੀਰੇ ਚੜ੍ਹਾਉਣਾ ਉਹ ਸ਼ੇਂਦਰੇ ਉਤਾਰਨਾ ਉਮ ਪਾਸੇ ਜੇਰੋ ਸਵਾਰੀ ਦਲਵੀ ਕੋਲੋਂ, ਜਦ ਆਪਾਂ ਗੱਡੀ ਤੋਂ ਸਵਾਰੀ ਉਤਾਰਨੀ ਆ ਜਾਂ ਸਵਾਰੀ ਚੜ੍ਹਾਉਣੀ ਆ ਬਿਜ਼ੋਈਆ ਫਰ ਲੋ ਤੇਂਦਰੇ ਅਤੇਂਦਰੇ ਉਹਨੂੰ ਇੰਤਜ਼ਾਰ ਕਰਨ ਨੂੰ ਕਹੋ, ਫਰ ਲੋ ਅਤੇਂਦਰੇ ਇੰਤਜ਼ਾਰ ਕਰਨ ਨੂੰ ਕਹੋ, ਫਰ ਲੋ ਕਹਿ ਰਿਹਾ ਨਾ ਮੈਂ ਕਿਸੇ ਨੂੰ ਕਹਿ ਰਿਹਾ ਕਰਨ ਨੂੰ ਅਤੇਂਦਰੇ ਵੀ ਉਹਨੂੰ ਇੰਤਜ਼ਾਰ ਕਰਨ ਨੂੰ ਕਹੋ, ਕਿਉਂ ਫੀਨੋ ਆਕੇ ਇਲ ਵੀ ਕੋਲੋ ਜਦ ਤੱਕ ਗੱਡੀ ਸੀ ਆ ਕੰਪਲੇਟਮੈਂਟੇ ਪੂਰੀ ਤਰ੍ਹਾਂ ਫੇਰਮੋ ਰੁਕਣਾ ਚਾਹੀਏ। ਸੋ ਜਦ ਤੱਕ ਗੱਡੀ ਪੂਰੀ ਤਰ੍ਹਾਂ ਰੁਕ ਨਹੀਂ ਜਾਂਦੀ ਡਰਾਈਵਰ ਨੂੰ ਉਹਨੂੰ ਇੰਤਜ਼ਾਰ ਯਾਨੀ ਕਿ ਰੁਕਣ ਨੂੰ ਕਹਿਣਾ ਚਾਹੀਦਾ ਹੈਗਾ ਉੱਥੇ ਫਿਰ। ਸੋ 40 ਨੰਬਰ ਸਵਾਲ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਇੰਸ਼ੋਰੈਂਸ ਉੱਪਰ ਸਵਾਲ ਆ, ਇਹ 'ਚ ਆਪਾਂ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ ਵੀ ਇੰਸ਼ੋਰੈਂਸ ਗੱਡੀ ਦੀ ਜਿਹੜੀ ਕਰਵਾਉਣੀ ਜ਼ਰੂਰੀ ਆ ਜਾਂ ਇੰਸ਼ੋਰੈਂਸ ਵਿੱਚ ਕਿਸ ਕਿਸ ਤਰ੍ਹਾਂ ਦਾ ਕਾਨੂੰਨ ਲਾਗੂ ਹੁੰਦਾ ਆ। ਚਲੋ ਖੈਰ ਆਪਾਂ ਆਪਣੇ ਟੋਪਿਕ 'ਤੇ ਆਉਂਦੇ ਹਾਂ। ਇਮਾਸੀਮਾਲੀ, ਮਾਸੀਮਾਲੀ ਹੁੰਦਾ ਜ਼ਿਆਦਾ ਤੋਂ ਜ਼ਿਆਦਾ ਰਕਮ ਜਿਹੜੀ ਇੰਸ਼ੋਰੈਂਸ ਐਕਸੀਡੈਂਟ ਹੋਣ 'ਤੇ ਪੇ ਕਰਦੀ ਆ। ਅਗਰ ਤੁਸੀਂ ਗੱਡੀ ਦੀ ਇੰਸ਼ੋਰੈਂਸ 6 ਲੱਖ ਯੂਰੋ ਤੱਕ ਦਾ ਕਲੇਮ ਕਰਨ ਦੀ ਕਰਾਈ ਆ ਉਹ 6 ਲੱਖ ਯੂਰੋ ਤੱਕ ਦੇਗੀ, ਅਗਰ ਲੱਖ ਦੀ ਕਰਾਈ ਤਾਂ ਲੱਖ ਤੱਕ ਕਲੇਮ ਭਰੇਗੀ, ਉਹਨੂੰ ਮਾਸੀਮਾਲੇ ਕਹਿੰਦੇ। ਇਹ ਮਾਸੀਮਾਲੀ ਦਲਾ ਪੋਲਿਸਾ ਦੀ ਅਸੀਕੁਰਾਸੋ ਨੇ RCA। ਸੋ ਜਿਹੜੀ ਗੱਡੀ ਦੀ ਇੰਸ਼ੋਰੈਂਸ ਆ ਉਹਦੀ ਜਿਹੜੀ ਵੱਧ ਤੋਂ ਵੱਧ ਕਲੇਮ ਰਕਮ ਹੁੰਦੀ ਜਿਹੜੀ
responsabilità civile auto, sono gli importi. Gli importi sono da rakam massimi, già dato già da rakam, che giochi impresa, company, assicuratrice, insurance company si impegna a pagare, paga cardia pe cardia cadu in caso di incidente, accident honte. So massimale e co rakama jedi insurance company jada to jada pay cardia jada accident ho janda hai te pay onnu cardia agli party nu jidda mallo lalo mera ਤੇ ਕਿਸੇ ਗੱਡੀ ਦਾ ਐਕਸੀਡੈਂਟ ਹੋ ਗਿਆ ਆ, ਮੈਂ 100% ਮੇਰਾ ਕਸੂਰ ਨਹੀਂ ਆ, ਯਾਨੀ ਕਿ ਮੈਂ ਬੇਕਸੂਰ ਆ। ਸੋ ਜਿਹੜੀ ਉਹਦੀ ਇੰਸ਼ੋਰੈਂਸ ਕੰਪਨੀ ਹੋਏਗੀ ਉਹ ਮੇਰੀ ਗੱਡੀ ਨੂੰ ਰਿਪੇਅਰ ਕਰਾਏਗੀ, ਪਲੱਸ ਜੋ ਵੀ ਮੈਨੂੰ ਫਿਜ਼ੀਕਲੀ ਨੁਕਸਾਨ ਹੋਇਆ ਏ ਉਹ ਇੰਸ਼ੋਰੈਂਸ ਕੰਪਨੀ ਪਾਗਾ ਕਰਦੀ ਹੈ। ਦੂਜੀ ਗੱਲ ਕੀ ਆ, ਕਿੰਨਾ ਪੇ ਕਰਦੀ ਆ, ਡਿਪੈਂਡ ਕਰਦਾ ਤੁਸੀਂ ਜਦ ਗੱਡੀ ਦੀ ਇੰਸ਼ੋਰੈਂਸ ਕਰਵਾਉਣ ਗਏ ਸੀਗੇ ਕਿੰਨੇ ਤੱਕ ਦਾ ਕਲੇਮ ਲਿਖਿਆ ਉੱਥੇ, 6 ਲੱਖ ਦਾ, 10 ਲੱਖ ਦਾ, 20 ਲੱਖ ਦਾ ਉੱਥੇ।